हाँ जी, सत श्री अकाल जी, की हाल चाल। उम्मीद करता तुसीं सारे ठीक ठाक होवोंगे ते आपां वी ठीक ठाक आ। सो अज दे ब्लॉग दी करदे आ शुरुआत। लव स्टोरी पार्ट 1 तुसीं सुणिया ही आ ते अज आपां शुरू करन जा रहे आ लव स्टोरी पार्ट 2। ਤੇ ਸਾਨੂੰ ਸ਼ਰਮ ਵੀ ਆਉਂਦੀ ਆ ਸੁਣਾਉਂਦੇ ਆ ਕਿਉਂਕਿ ਅਸੀਂ ਬਹੁਤ ਟਾਈਮ ਬਾਅਦ ਤਾਂ ਲਵ ਸਟੋਰੀ ਪਾਰਟ 1 ਤੁਸੀਂ ਭੁੱਲ ਵੀ ਗਏ ਬਣੇ ਆ ਤੇ ਕਈਆਂ ਨੇ ਵੇਟ ਵੀ ਕਰ ਰਹੇ ਸੀ। ਹਾਂ ਤੇ ਕਾਫੀ ਕਾਫੀ ਸਬਸਕ੍ਰਾਈਬਰਾਂ ਦੇ ਫੋਲੋਅਰ ਜਿਹੜੇ ਇੰਸਟਾਗ੍ਰਾਮ ਦੇ ਸਾਰਿਆਂ ਦੇ ਮੈਸੇਜ ਆ ਰਹੇ ਸੀਗੇ ਕਿ ਲਵ ਸਟੋਰੀ ਪਾਰਟ 2 ਸੁਣਾਓ। ਸੋ ਲਵ ਸਟੋਰੀ ਪਾਰਟ 2 ਦੀ ਕਰਦੇ ਹਾਂ ਸ਼ੁਰੂਆਤ। ਸੋ ਲਓ ਵੀ ਮੇਰੇ ਵੀਰੋ, ਇਹ ਉਸ ਵੇਲੇ ਦੀ ਗੱਲ ਹੈ ਜਦੋਂ 24 ਫਰਵਰੀ ਨੂੰ ਸਾਡਾ ਉਹ ਸੀ ਸਾਰੀ ਜਨਤੇ ਮੇਰੇ ਪਾਸ ਹੋ, ਜੋ ਕਿ ਪਾਸ ਹੈ। ਉਹ 24 ਫਰਵਰੀ ਦਾ ਦਿਨ ਸੀ ਤੇ ਆਪਾਂ ਕਿੱਥੇ ਤੱਕ ਸੁਣਾਇਆ ਸੀ ਪੰਜਾਬ ਦੇ, ਇਹਨਾਂ ਪੁੱਛ ਲਓ। ਹਾਂ ਨਹੀਂ, ਚਲੋ ਤੁਸੀਂ ਦੱਸ ਦਿਓ ਕਮੈਂਟ ਕਰਕੇ। ਨਹੀਂ ਹੁਣ ਮੈਂ ਚੱਲ ਦੱਸਣ ਹੀ ਲੱਗਾ। ਆਪਾਂ ਮੇਰੇ ਖਿਆਲ ਨਾਲ ਸੁਣਾਇਆ ਸੀਗਾ ਕਿ ਆਪਾਂ ਮਤਲਬ ਆਪਣੀ ਗੱਲਬਾਤ ਸ਼ੁਰੂ ਹੋ ਗਈ ਸੀ, ਹੈ ਨਾ। ਸੋ ਸਾਡੀ ਗੱਲਬਾਤ ਸ਼ੁਰੂ ਹੋ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਇੱਥੇ ਸੀਗੇ, ਮੇਰਾ ਰਿਸ਼ਤਾ ਆਇਆ ਸੀਗਾ ਤੇ ਮੈਂ ਦੱਸਣ ਆਈ ਸੀ ਕਿ ਦੀਪ ਜੀ ਦਾ। ਹਾਂ, ਇਹਨੂੰ ਰਿਸ਼ਤਾ ਆਇਆ ਸੀ ਤੇ ਰਿਸ਼ਤੇ ਆਉਣ ਤੋਂ ਬਾਅਦ ਮਤਲਬ ਇਹ ਮੈਕਡੋਨਲ ਆਈ ਮੇਰੇ ਕੋਲ, ਹੈ ਨਾ, ਆ ਕੇ ਰੋਣ ਲੱਗ ਗਈ ਦੀਪੇ ਵਿਆਹ ਦਿੰਦੇ ਕਰਾਉਣਾ ਯਾਰ। ਅੱਜ ਹਾਲ ਵਾਲੇ ਵਿੱਚ ਗੱਲਾਂ ਨਹੀਂ ਕਰਨੀਆਂ, ਜੋ ਸੱਚਾਈ ਆ ਉਹ ਦੱਸਣੀ ਆ, ਉਹਨਾਂ ਨੂੰ ਸਾਰਾ ਪਤਾ ਲੱਗ ਜਾਣਾ ਕਿਉਂਕਿ ਮੈਂ ਚੁੱਪ ਰਹਿਣ ਵਾਲੀ ਹੈ ਨਹੀਂ। ਮੈਂ ਸੱਚਾਈ ਆਈ ਮੈਂ ਤਾਂ ਭੱਜੀ ਭੱਜੀ ਦੀਪੇ ਦਿੰਦੇ ਵਿਆਹ ਕਰਾਉਣਾ, ਆ ਸਭ ਝੂਠ ਹੈ, ਐ ਤਾਂ ਮੈਂ ਬਿਲਕੁਲ ਨਹੀਂ। ਮੇਰੇ ਘਰ ਦੇ ਆਲੇ ਰਿਸ਼ਤਾ ਕਰਤਾ, ਦੀਪ ਮੈਂ ਕਿੱਦਾਂ ਰਹੂੰਗੀ, ਹਾਏ ਮੇਰਾ ਦੀਪ। ਲੋਕਾਂ ਦੇ ਕਮੈਂਟ ਕੀ ਕਰਨ ਦੇ ਆ ਵਿੱਚ, ਨਹੀਂ ਇਦਾਂ ਕੀਤਾ ਸੀ। ਮੈਂ ਕੋਈ ਰੋਈ ਰੋਈ ਨਹੀਂ ਸੀ, ਇਦਾਂ ਆਈ ਸੀ, ਮੈਂ ਇਮੋਸ਼ਨਲ ਜ਼ਰੂਰ ਹੋਈ ਸੀ। ਗੱਲ ਮੈਂ ਸੁਣਾਉਣੀ ਆ, ਤੁਹਾਡਾ ਚੱਲ ਕਿਸੇ ਨੇ ਸੁਣਿਆ, ਚੱਲ ਕੋਈ ਨਹੀਂ, ਇਮੋਸ਼ਨਲ ਹੋ ਗਈ ਸੀ ਮੈਂ ਥੋੜਾ ਜਿਹਾ। ਮੈਂ ਕਿਹਾ ਦੀਪ ਜੀ ਇਦਾਂ ਦਾ ਗੱਲ ਆ ਵੀ ਆਪਾਂ ਕਿੱਦਾਂ ਕਰੀਏ, ਹੈ ਨਾ, ਕਿ ਮੇਰੇ ਘਰ ਰਿਸ਼ਤਾ ਆਇਆ ਆ ਤੇ 2-3 ਆਏ ਔਰ ਮੰਮਾ ਹੋਣੀ ਸ਼ਾਇਦ ਇਨਕੁਆਇਰੀ ਕਰਨ ਵੀ ਜਾਣ, ਹੈ ਨਾ। ਤੇ ਕੱਲ ਦਾ ਦਿਨ ਮੈਂ ਕਿਹਾ ਇਨਕੁਆਇਰੀ ਲਈ ਰੱਖਿਆ ਆ। ਇਹ ਕਹਿੰਦੇ ਖੁਸ਼ ਵੀ ਆਪਾਂ ਕੋਈ ਗਲਤ ਸਟੈਪ ਤਾਂ ਮੈਂ ਨਹੀਂ ਚੱਕਣਾ, ਹੈ ਨਾ, ਮੇਰੇ ਪੇਰੈਂਟਸ ਦੀ ਵੀ ਇੱਜ਼ਤ ਹੈ ਤੇਰੇ ਵੀ। ਮੈਂ ਕਿਹਾ ਨਹੀਂ ਦੀਪ ਜੀ, ਮੈਂ ਵੀ ਉਹ ਕੰਮ ਨਹੀਂ ਕਰਨਾ ਕਿਉਂਕਿ ਮੇਰੇ ਬ੍ਰਦਰ ਦੀ ਵੀ ਬਹੁਤ ਬਣੀ ਬਣਾਈ ਆ, ਮੇਰੇ ਪੇਰੈਂਟਸ ਦੀ ਵੀ, ਇੰਨੀ ਦੇਰ ਆਪਾਂ ਇੱਦਾਂ ਰਹੇ ਹਾਂ। ਮੈਂ ਕਿਹਾ ਬਾਕੀ ਜਿੱਦਾਂ ਤੁਹਾਡੀ ਫੈਮਿਲੀ ਆ ਜੋ ਵੀ ਆ ਨਾ, ਮੈਂ ਇੱਕ ਵਾਰੀ ਘਰ ਗੱਲ ਕਰਕੇ ਦੇਖ ਲਊਂਗੀ। ਤੇ ਪਲੀਜ਼ ਆਹ ਵਲੋਗ ਤਾਂ ਸੁਣਿਓ, ਤਾਂ ਖੁਸ਼ੀ ਨਾਲ ਦੇਖਿਓ। ਸਾਡਾ ਕੋਈ ਮਕਸਦ ਨਹੀਂ ਆ ਕਿਸੇ ਦੇ ਬੱਚੇ ਨੂੰ ਖਰਾਬ ਕਰਨ ਦਾ, ਠੀਕ ਆ, ਨਾ ਸਾਨੂੰ ਕੋਈ ਗਲਤ ਸਮਝੇ, ਸਿਰਫ ਆਪਣੀ ਆਪਾਂ ਇੱਕ ਲਾਈਫ ਦੀ ਗੱਲ ਸ਼ੇਅਰ ਕਰ ਰਹੇ ਹਾਂ। ਪਲੀਜ਼ ਇਹਨੂੰ ਬਹੁਤ ਜ਼ਿਆਦਾ ਉੱਪਰ ਲੈ ਕੇ ਸੋਚਣ ਦੀ ਗੱਲ ਨਹੀਂ ਆ। ਉਹ ਜਿਹੜੇ ਸਾਡੇ ਨਾਲ ਸਿਆਣੇ ਆ ਉਹ ਥੋੜ੍ਹਾ ਦੂਰ ਹੀ ਰਹਿਣ, ਠੀਕ ਹੈ, ਜਿਹੜੇ ਪਿਆਰੇ ਆ ਉਹ ਸਾਡੇ ਨੇੜੇ ਰਹਿਣ, ਠੀਕ ਹੈ। ਫਿਰ ਥੋੜ੍ਹਾ ਜਿਹਾ ਇੱਦਾਂ ਹੋਇਆ ਸੀਗਾ, ਫਿਰ ਮਤਲਬ ਕਿ ਮੈਂ ਮੰਮਾ ਹੁਣਾਂ ਨਾਲ ਗੱਲ ਕੀਤੀ ਘਰੇ ਆ ਕੇ। ਮੈਂ ਕਿਹਾ ਮੰਮਾ ਇੱਦਾਂ ਮਤਲਬ ਇਹਨਾਂ ਨੇ 2-3 ਨੂੰ ਮਤਲਬ ਮੈਂ ਕੰਮ ਕਰਦੀ ਹੁੰਦੀ ਸੀ ਇਹ ਟ੍ਰਾਂਸਪਲਾਂਟ ਦਾ, ਹੌਲੀ ਹੌਲੀ ਦੱਸ ਚਾਬੀ ਜੀ ਛੱਡੀ ਆ ਇਹਨਾਂ ਨੇ ਮੈਨੂੰ। ਲਵ ਸਟੋਰੀ ਆ ਵਿਆਹ ਤੋਂ ਬਾਅਦ ਇੱਦਾਂ ਹੁੰਦਾ, ਜੋ ਲਵ ਸਟੋਰੀ ਕੁਛ ਨੀ ਹੁੰਦੀ ਆ, ਵਿਆਹ ਸਾਡੇ ਹਾਲਾਤ ਸਾਡੇ ਅਰੇਂਜ ਮੈਰਿਜ ਵਾਲੇ ਹੀ ਆ ਸਾਰੇ। ਸਹੀ ਗੱਲ ਹੈ, ਫਿਰ ਮੈਂ ਮੰਮਾ ਨਾਲ ਗੱਲ ਕੀਤੀ, ਥੋੜੀਆਂ ਜਿਹੀਆਂ ਗੱਲਾਂ ਐਸੀਆਂ ਸੀ ਜਿੱਥੋਂ ਮੰਮਾ ਹੁਣ ਥੋੜਾ ਨਾ ਕਰਦੇ ਸੀ ਤੇ ਇਧਰ ਵੀ ਥੋੜੀਆਂ ਗੱਲਾਂ ਇਦਾਂ ਦੀਆਂ ਸੀ ਜਿਹੜੀਆਂ ਨਾ ਕਰਦੇ ਸੀ। ਪਰ ਮੈਂ ਮੰਮਾ ਨੂੰ ਜਾ ਕੇ ਦੱਸਿਆ ਕਿ ਮੰਮਾ ਇਦਾਂ ਦਾ ਇਹਨਾਂ ਨੇ ਮੈਨੂੰ ਕਾਫੀ ਪੇਸ਼ੈਂਸ ਵਗੈਰਾ ਦਿੱਤੇ ਆ, ਐਂਡ ਮੇਰੀ ਇਹਨਾਂ ਨਾਲ ਕੋਈ ਗਲਤ ਗੱਲ ਨਹੀਂ ਆ ਜਿਹੜਾ ਤੁਹਾਨੂੰ ਨੀਵਾ ਹੋਣਾ ਪਵੇ ਕਿ ਹਾਂ ਨਾ ਕਿ ਇਦਾਂ ਵੀ ਕੁਛ ਵੀ ਆ ਇਦਾਂ। ਫਿਰ ਮੈਂ ਮੰਮਾ ਨੂੰ ਦੱਸਿਆ, ਮੰਮਾ ਕਹਿੰਦੇ ਅਸੀਂ ਮੁੰਡੇ ਨੂੰ ਮਿਲ ਲੈਂਦੇ ਹਾਂ। ਮੈਂ ਕਿਹਾ ਮੰਮਾ ਕਿੱਥੇ ਮਿਲੋਗੇ, ਹੈ ਨਾ, ਮੈਂ ਕਿਹਾ ਤੁਸੀਂ ਮਿਲ ਲਓ ਤੁਹਾਡੀ, ਮੈਂ ਕਿਹਾ ਬੁਰੀ ਤਸੱਲੀ ਹੋਣੀ ਚਾਹੀਦੀ ਆ। ਮੈਂ ਇਹਨੂੰ ਕਿਹਾ, ਮੈਂ ਕਿਹਾ ਤੂੰ ਆਪਣੀ ਮੰਮੀ ਨੂੰ ਜਾ ਕੇ ਬਸ ਇੰਨਾ ਕਹਿ ਦੇ, ਉਹ ਪੜਿਆ ਲਿਖਿਆ ਮਿਹਨਤ ਕਰਦਾ ਦਿਨ ਰਾਤ ਨਹੀਂ ਥੱਕਦਾ। ਬਾਕੀ ਇਹ ਤਾਂ ਗੱਲ ਸੀਗੀ, ਦੀਪ ਮਿਹਨਤ ਬਹੁਤ ਕਰਦੇ ਸੀ ਸ਼ੁਰੂ ਤੋਂ ਲੈ ਕੇ। ਉਹ ਪੜਿਆ ਲਿਖਿਆ ਤੇ ਗੋਤ ਤੇ ਜਾਤ ਨਹੀਂ ਥੱਕਦਾ। ਇਹਨਾਂ ਦੀ ਇੱਕ ਗੱਲ ਦੇਖੀ ਆ ਦੀਪ ਜੀ ਦੀ, ਕਿ ਜੋ ਕਮਾਇਆ ਜੋ ਕੀਤਾ ਇਹਨਾਂ ਨੇ ਆਪਣੇ ਪੈਰਾਂ ਤੇ ਕੀਤਾ, ਐਂਡ ਬਹੁਤ ਵਧੀਆ ਗੱਲ ਆ ਕਿ ਹਰ ਕਿਸੇ ਦਾ ਹਸਬੈਂਡ ਇੱਦਾਂ ਹੀ ਹੋਣਾ ਚਾਹੀਦਾ। ਗਾਣਾ ਬੜਾ ਵਧੀਆ ਲੱਗਦਾ ਹੁੰਦੇ, ਘਰ ਦੇ ਮਨ ਵੀ ਜਾਵਣਗੇ ਖੁੱਲ ਕੇ ਗੱਲ ਕਰਕੇ ਦੇਖੀ। ਫਿਰ ਮੈਂ ਮੰਮਾ ਨੂੰ ਦੱਸਿਆ ਸਾਰੀ ਗੱਲ, ਫਿਰ ਮੰਮਾ ਕਹਿੰਦੇ ਕਿ ਮੈਂ ਇੱਦਾਂ ਬਾਹਰ ਨਹੀਂ ਘੁੰਮਣਾ ਹੈਗਾ ਨਾ ਮਿਲਣ ਲਈ, ਨਾ ਸਾਨੂੰ ਇੱਦਾਂ ਚੰਗਾ ਲੱਗਦਾ, ਕਹਿੰਦੇ ਇਹਨੂੰ ਘਰੇ ਬੁਲਾ ਲਾ ਮੁੰਡੇ ਨੂੰ। ਤੇ ਬਾਹਰ ਹੀ ਕਹਿੰਦੇ ਸੀ, ਪਹਿਲੋਂ ਕਹਿੰਦੇ ਸੀ
ਨਹੀਂ ਤੂੰ ਕਹਿੰਦੀ ਸੀ ਤੂੰ ਕਿਹਾ ਮੰਮਾ ਪਹਿਲੀ ਗੱਲ ਮੇਰੇ ਵਿਆਹ ਤੋਂ ਮੇਰੇ ਮੰਮਾ ਨੂੰ ਮਿਲਣ ਤੋਂ ਪਹਿਲਾਂ ਦੀਪ ਜੀ ਨੂੰ ਇੰਨਾ ਵੀ ਨੀ ਕਈ ਮੁੰਡਿਆਂ ਨੂੰ ਪਤਾ ਹੁੰਦਾ ਨਾ ਦੀਪ ਜੀ ਨੂੰ ਇੰਨਾ ਵੀ ਨੀ ਪਤਾ ਸੀ ਕਿ ਮੈਂ ਇੱਥੇ ਰਹਿੰਦੀ ਹਾਂ ਹਾਂ ਮੈਨੂੰ ਨੀ ਪਤਾ ਸੀਗਾ ਵੀ ਕਿੱਥੇ ਰਹਿੰਦੀ ਹੈ ਨਾ ਕੁਛ ਨੀ ਪਤਾ ਸੀ ਇਹਨਾਂ ਨੂੰ ਮੈਂ ਦੱਸਿਆ ਇਹਨੇ ਮੈਨੂੰ ਮਤਲਬ ਇੰਨਾ ਪਤਾ ਸੀ ਵੀ ਇੱਥੇ ਰਹਿੰਦੀ ਆ ਗਲੀ 'ਚ ਰਹਿੰਦੀ ਆ ਇੰਨਾ ਨੀ ਪਤਾ ਸੀ ਇਹਨਾਂ ਗਲੀ ਗੁਲੀ ਦਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਇੰਨਾ ਪਤਾ ਸੀ ਕਿ ਇਸ ਹਨੂੰਮਾਨ ਮੰਦਿਰ ਦੇ ਬਸ ਹਨੂੰਮਾਨ ਮੰਦਿਰ ਦੇ ਕੋਲ ਰਹਿੰਦੀ ਹੈ ਗਲੀ ਗੁਲੀ ਦਾ ਤੁਹਾਨੂੰ ਕੁਛ ਨਹੀਂ ਪਤਾ ਨਾ ਇਹ ਕਦੇ ਆਏ ਸੀ ਨਾ ਇਹਨਾਂ ਨੇ ਮੈਨੂੰ ਕਦੇ ਕਿਹਾ ਸੀ ਖੁਸ਼ ਮੈਂ ਤੇਰੇ ਘਰ ਦੇ ਬਾਹਰ ਤੈਨੂੰ ਲੈਣ ਆਉਣਾ ਛੱਡਣ ਆਉਣਾ ਏਦਾਂ ਸਾਡੇ ਏਦਾਂ ਵੇਲਾ ਨਹੀਂ ਹੁੰਦਾ ਜੱਟ ਕੀ ਸਾਡੇ ਏਦਾਂ ਨਹੀਂ ਦੋਨਾਂ ਵਿੱਚ ਸਾਡੇ ਨਹੀਂ ਸੀਗਾ ਏਦਾਂ ਠੀਕ ਹੈ ਤੇ ਮਤਲਬ ਇਹਦੇ ਪਹਿਲੋਂ ਸਾਡਾ ਪਲਾਨ ਬਣਿਆ ਕਿ ਚਲੋ ਆਪਾਂ ਨਾ ਉੱਧਰ ਕਿਤੇ ਛੋਟੇ ਮੋਟੇ ਰੈਸਟੋਰੈਂਟ 'ਚ ਬਹਿ ਕੇ ਹਨਾ ਵੀ ਆਪਾਂ ਮਤਲਬ ਕੌਫੀ ਕੂਫੀ ਵਗੈਰਾ ਪੀ ਲੈਂਦੇ ਹਾਂ ਲਾਈਕ ਜਿੱਦਾਂ ਜਿੱਦਾਂ ਆਪਾਂ ਕਹੀਦੇ ਹੀ ਆ ਕਿ ਚੱਲ ਮਤਲਬ ਉੱਦਾਂ ਗੱਲਬਾਤ ਕਰ ਲਵਾਂਗੇ ਹਨਾ ਇੱਕ ਵੇਖ ਵਿਖਾਈ ਕਰਨੀ ਸੀ ਉਹਦੀ ਮਾੜੀ ਮੋਟੀ ਓਫੀਸ਼ੀਅਲੀ ਵੇਖ ਵਿਖਾਈ ਨਹੀਂ ਸੀ ਸਿਰਫ ਮੰਮਾ ਨੇ ਪਹਿਲੋਂ ਮਤਲਬ ਪਹਿਲਾ ਲੈਵਲ ਜਿਹੜਾ ਮੈਂ ਕਲੀਅਰ ਕਰਨਾ ਸੀਗਾ ਅਤੇ ਉਸ ਤੋਂ ਬਾਅਦ ਮੈਂ ਫਿਰ ਮੰਮਾ ਕਹਿੰਦੇ ਕਿ ਵੀ ਚਲੋ ਅਸੀਂ ਮੁੰਡਾ ਵੇਖਣਾ ਹੀ ਆ ਅਸੀਂ ਕਾਹਤੋਂ ਲੋਕ ਲੋਕ ਕੇ ਮਿਲਣਾ ਇਹਨਾਂ ਚੰਗਾ ਵੀ ਮੁੰਡੇ ਨੂੰ ਕਿਹਾ ਘਰੇ ਆ ਜਾ ਹੈ ਨਾ ਉਹਨੂੰ ਪਤਾ ਲੱਗ ਜਾਏਗਾ ਕਿ ਆਪਾਂ ਵੀ ਉਹਨੂੰ ਵੀ ਪਤਾ ਲੱਗ ਜਾਏਗਾ ਹੈ ਨਾ ਅਤੇ ਮੈਂ ਮੋਟਰਸਾਈਕਲ 'ਤੇ ਗਿਆ ਸੀਗਾ ਹੈ ਨਾ ਮੋਟਰਸਾਈਕਲ ਮੈਨੂੰ ਨਾ ਥੋੜ੍ਹੀ ਸਤੰਗ ਜੀ ਆਵੇ ਮੈਂ ਕਿਹਾ ਯਾਰ ਚੱਲ ਇਹਨਾਂ ਦੇ ਘਰ ਦੇ ਤਾਂ ਮੈਨੂੰ ਅਸੈਪਟ ਕਰ ਲੈਣਗੇ ਹੈ ਨਾ ਜਿੱਦਾਂ ਵੀ ਹੋਣਗੇ ਜਿੱਦਾਂ ਵੀ ਹੋਊਗਾ ਉਹਨਾਂ ਨੇ ਤਾਂ ਆਪਣਾ ਫੈਸਲਾ ਦੱਸਣਾ ਵੀ ਮਹੱਲੇਦਾਰੀ ਵਾਲੇ ਜ਼ਿਆਦਾ ਆਲਾ ਦੁਆਲਾ ਚੁੱਕਣਾ ਲਾਉਂਦੇ ਹੁੰਦੇ ਆ ਇਸ ਲਈ ਮੈਂ ਕਿਹਾ ਮੈਂ ਨਾ ਮੋਟਰਸਾਈਕਲ ਪਿੱਛੇ ਹੀ ਲਾ ਗਿਆ ਉਹ ਟੈਰਾਂ ਵਾਲਾ ਨਹੀਂ ਜਿੱਥੇ ਮੈਂ ਮੋਟਰਸਾਈਕਲ ਉੱਥੇ ਹੀ ਲਾ ਗਿਆ ਅਤੇ ਮੇਰਾ ਤਾਂ ਮੋਟਰਸਾਈਕਲ ਵੀ ਤੁਸੀਂ ਜੇ ਕਿਸੇ ਨੇ ਬਲੌਗ 'ਚ ਦੇਖਿਆ ਹੋਊਗਾ ਮੇਰਾ ਤਾਂ ਮੋਟਰਸਾਈਕਲ ਵੀ ਸਿਰਾ ਆ ਅਤੇ ਉੱਥੇ ਲਾ ਕੇ ਅਤੇ ਫਿਰ ਮੈਂ ਬੁਲਾਇਆ ਬੁਲਾਇਆ ਜਾ ਕੇ ਹੈ ਨਾ ਨਹੀਂ ਫਿਰ ਆਏ ਸਾਡੇ ਜਿੰਮੀ ਨੇ ਬਹੁ 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 ਉਹਨੇ ਕਿੰਨੀ ਦੇਰ ਨਹੀਂ ਮੈਂ ਡਰਦਾ ਉਹਨੇ ਕਿੰਨੀ ਦੇਰ ਭੌਂਕੀ ਗਈ ਨਹੀਂ ਜਿੰਮੀ ਜਿਹੜੀ ਆ ਉਹ ਪੱਗ ਡੋਗ ਆ ਤੇ ਉਹ ਏਡੀ ਹੈਗੀ ਤੇ ਆਪਾਂ ਏਡੇ ਏਡੇ ਕੁੱਤੇ ਕਿੰਨੀ ਕਿੰਨੀ ਉੱਚੀ ਬੋਲੀ ਗਈ ਫਿਰ ਅੰਦਰ ਆਏ ਆਪਾਂ ਜਾਇਆ ਕੁਣੀ ਦੇਖਣ ਵਾਲੇ ਤੇ ਹਨਾ ਤੇ ਫਿਰ ਅੰਦਰ ਆਏ ਫਿਰ ਮੰਮਾ ਨੇ ਦੇਖਿਆ ਪਹਿਲਾਂ ਪਰੇ ਹੋ ਤੇ ਤੋਂ ਨਹੀਂ ਮੈਂ ਡਰਦਾ ਨਾ ਉਹ ਚਾ ਉਹ ਤਾਂ ਬਲਾਨ ਲੱਗ ਗਈ ਸੀ ਨਾ ਉਹਨੇ ਪਹਿਲੇ ਦੇ ਮੈਨੂੰ ਕੁਝ ਕਿਹਾ ਬਾਅਦ ਚ ਮੇਨਾਂ ਉਹਦੀ ਯਾਰੀ ਪੈ ਗਈ ਕਿੰਨਾ ਖੇਡਦੀ ਰਹੀ ਇਹਨਾਂ ਨਾਲ ਤੇ ਫਿਰ ਮੰਮਾ ਹੋਣਾ ਨੇ ਮੈਨੂੰ ਕੁਐਸਚਨ ਵਗੈਰਾ ਕੀਤੇ ਹਨਾ ਵੀ ਦਉਦਾ ਕਰਕੇ ਕੀ ਕਰਦਾ ਆ ਫੈਮਿਲੀ ਚ ਕੌਣ ਕੌਣ ਆ ਹਨਾ ਐਵਰੀਥਿੰਗ ਜੋ ਵੀ ਪਰ ਮੈਂ ਤਾਂ ਕੋਲ ਡਰੀ ਗਈ ਸੀ ਮੈਂ ਕੁਛ ਨਹੀਂ ਪੁੱਛਿਆ ਇਹਨੇ ਮੈਡਮ ਨੇ ਮੇਰੇ ਲਈ ਮੰਗਾਏ ਭਟੂਰੇ ਹਾਂ ਮੈਂ ਪਹਾੜਗੰਜ ਨਹੀਂ ਜਿਹੜਾ ਉੱਥੇ ਪਹਾੜਗੰਜ ਹੈ ਉੱਥੇ ਪਹਾੜਗੰਜ ਦੇ ਜੋਤੀ ਚੌਂਕ ਮੈਂ ਸਪੈਸ਼ਲ ਇਹਨਾਂ ਲਈ ਉਹ ਲੈ ਕੇ ਆਈ ਸੀ ਪਹਾੜਗੰਜ ਦੇ ਇਹਨੇ ਭਟੂਰੇ ਮੰਗਾਏ ਸਾਡੇ ਲਈ ਸਾਡੇ ਲਈ ਕਈ ਦਿਨ ਆਪਣੇ ਸਾਰੇ ਹਾਂ ਤੇ ਮੈਂ ਮੰਮਾ ਨੂੰ ਮੈਂ ਕਿਹਾ ਯਾਰ ਤੁਸੀਂ ਰੋਟੀ ਰੂਟੀ ਬਣਾ ਲੈਂਦੇ ਮੈਂ ਪਹਿਲੇ ਦਿਨੀ ਮੈਂ ਕਿਹਾ ਕੀ ਭਟੂਰੇ ਮੰਮਾ ਕਹਿੰਦੇ ਇਹ ਹੀ ਭਟੂਰੇ ਮੰਗਾਏ ਇਹਨੇ ਕਹਿੰਦੇ ਮੈਂ ਕਹਿੰਦੇ ਕਹੀ ਗਈ ਆ ਸਬਜ਼ੀ ਬਣੀ ਪਈ ਆ ਇਹ ਕਹਿੰਦੀ ਨਹੀਂ ਭਟੂਰੇ ਖਵਾਣੇ ਆ ਫੇਰ ਨਾ ਅਸੀਂ ਗੱਲ ਗੁੱਲ ਕੀਤੀ ਤੇ ਮੈਨੂੰ ਕਹਿੰਦੇ ਕਿ ਦਾਦਾ ਕਰਕੇ ਚਲੋ ਠੀਕ ਆ ਫਿਰ ਸਾਨੂੰ ਖਿਲਾਰ ਕੇ ਦੇਖਿਆ ਹਾਂ ਮੰਮੀ ਕਹਿੰਦੇ ਖੜੇ ਹੋ ਕੇ ਦਿਖਾਓ ਕਹਿੰਦੇ ਖੜੇ ਹੋ ਕੇ ਦਿਖਾਓ ਕਹਿੰਦੇ ਸਾਡੇ ਦੇਖ ਲੈ ਹਾਈਟ ਛੋਟੀ ਪਸੰਦ ਹੈ ਮੈਂ ਕਿਹਾ ਹਾਂਜੀ ਹਾਂਜੀ ਪਸੰਦ ਮੰਮਾ ਨੇ ਪਹਿਲੀ ਗੱਲ ਇਹ ਕਹੀ ਸੀ ਕਿ ਦੀ ਮੈਨੂੰ ਬਾਕੀ ਸਭ ਕੁਝ ਪਸੰਦ ਆ ਚਲੋ ਜਿੱਦਾਂ ਵੀ ਤੂੰ ਰਹਿਣਾ ਸਾਡੀ ਕੁੜੀ ਖੁਸ਼ ਰਹਿਣੀ ਚਾਹੀਦੀ ਹੈ ਦੂਸਰੀ ਗੱਲ ਇਹ ਆ ਕਿ ਤੁਹਾਡੇ ਮੂੰਹ ਦੀ ਕੋਈ ਮੰਗ ਨਹੀਂ ਹੋਣੀ ਚਾਹੀਦੀ ਮੈਂ ਆਪਣੀ ਕੁੜੀ ਨੂੰ ਥੋੜਾ ਦਵਾਂ ਕਿਹਾ ਸੀਗਾ ਕਿ ਸਾਡੀ ਮੰਗ ਕੋਈ ਨਹੀਂ ਮੈਂ ਕਿਹਾ ਵੀ ਇਹ ਗੱਲ ਦੀ ਮੈਂ ਸ਼ੋ ਮੈਂ ਪਤਾ ਹੀ ਹੁੰਦਾ ਯਾਰ ਆਪਣੇ ਘਰਦਿਆਂ ਦਾ ਹਨਾ ਵੀ ਆਪਣੇ ਪੇਰੈਂਟਸ ਦਾ ਪਤਾ ਹੁੰਦਾ ਵੀ ਉਹ ਕਿੱਥੇ ਕਿੱਦਾਂ ਐਕਸਟੈਂਡ ਕਰਦੇ ਹਨਾ ਤਾਂ ਮੈਂ ਆਪਣੇ ਘਰਦਿਆਂ ਵੱਲੋਂ ਸ਼ੋਰਟੀ ਇਹ ਦੇਤੀ ਸੀਗੀ ਕਿ ਵੀ ਸਾਡੀ ਕੋਈ ਮੰਗ ਨਹੀਂ ਹੈਗੀ ਇੱਕ ਪੰਜੀ ਦੀ ਚੀਜ਼ ਨਹੀਂ ਲੈਣੀ ਆਪਾਂ ਬਾਕੀ ਤੁਸੀਂ ਬਰਾਤ ਕਹਿੰਦੇ ਆ ਬਰਾਤ ਜਿੱਦਾਂ ਕਹੋਗੇ ਉਦਾਂ ਆ ਜਾਏਗੀ ਹਨਾ ਤੇ ਬਹੁਤ ਕੋਆਪਰੇਟ ਕੀਤਾ ਦੀਪ ਨੇ ਫਿਰ ਮੰਮਾ ਨੇ ਕਿਹਾ ਕਿ ਫਿਰ ਖੜੇ ਖੁੜੇ ਕਰਕੇ ਦੇਖਿਆ ਸਾਨੂੰ ਤੇ ਅਸੀਂ ਦੋਵੇਂ ਵੀ ਮੰਮਾ ਮੰਮਾ ਹੱਸੇ ਕਹਿੰਦੇ ਮੈਂ ਕਹਿੰਦੇ ਦੇ ਮੇਰੀ ਕੁੜੀ ਦੀ ਹਾਈਟ ਛੋਟੀ ਆ ਤੇ ਦੇਖ ਲਾ ਅੱਜ ਹੀ ਹੁਣੇ ਦੱਸ ਦੇ ਕਿੱਦਾਂ ਮੈਂ ਕਿਹਾ ਨਹੀਂ ਨਹੀਂ ਮੈਨੂੰ ਪਸੰਦ ਆ ਤੇ ਫਿਰ ਕਰਦੇ ਕਰਾਉਂਦੇ ਗੱਲ ਗੁੱਲ ਕੀਤੀ ਉਹਨਾਂ ਨੇ ਕਿਹਾ ਕਿ ਤੈਨੂੰ ਮੈਂ ਫਿਰ ਬਾਕੀ ਇਹਦੀ ਮਾਸੀ ਉਹਨਾਂ ਨਾਲ ਸਲਾਹ ਕਰਕੇ ਫਿਰ ਕਹਿੰਦੇ ਕਿ ਜਿੱਦਾਂ ਸਾਡੇ ਕਹਿੰਦੇ ਕਿ ਜ਼ਿਆਦਾ ਮੇਨ ਹਿੰਦੂ ਫੈਮਿਲੀ ਨੇ ਤੇ ਤੁਸੀਂ ਸਿੱਖ ਫੈਮਿਲੀ ਆ ਤੇ ਬਾਕੀ ਇਸ ਬਾਰੇ ਅਸੀਂ ਜਿਹੜਾ ਮਤਲਬ ਸਾਰਾ ਜਿਹਾ ਵੀ ਮਤਲਬ ਫਿਰ ਵੀ ਹੁੰਦਾ ਹੀ ਆ ਥੋੜਾ ਬਹੁਤ ਕਹਿੰਦੇ ਮੈਂ ਰਿਸਪੈਕਟ ਹਰ ਧਰਮ ਦੀ ਕਰਦੀ ਹਾਂ ਮੈਂ ਮਨ ਦੀ ਵਾਹਿਗੁਰੂ ਨੂੰ ਵੀ ਹਾਂ ਬਟ ਤੁਹਾਡਾ ਕੱਲ ਨੂੰ ਇਹ ਕੁਐਸਚਨ ਨਹੀਂ ਹੋਣਾ ਚਾਹੀਦਾ ਹਨਾ ਫਿਰ ਇਹਨਾਂ ਨੇ ਫਿਰ ਮੰਮਾ ਕਹਿੰਦੇ ਕਿ ਮੈਂ ਨਾ ਇਹਦੀ ਮਾਸੀ ਨਾਲ ਗੱਲ ਕਰਕੇ ਦੱਸੂਗੀ ਸਾਰੇ ਉਹ ਇਹਨਾਂ ਦੀ ਵੱਡੀ ਮਾਸੀ ਨੇ ਵੀ ਉਹਨਾਂ ਨੇ ਸਾਰਾ ਫੈਸਲਾ ਲੈਣਾ ਸਾਡੇ ਕੋਲ ਵੀ ਦੇਖ ਲੈ ਏਦਾਂ ਹੀ ਆ ਹਨਾ ਜੋ ਅਸੀਂ ਦਵਾਂਗੇ ਆਪਣੀ ਕੁੜੀ ਨੂੰ ਇਹ ਨੀ ਕਿ ਖਾਲੀ ਤੋਰਾਂਗੇ ਦਵਾਂਗੇ ਇਹਨਾਂ ਨੇ ਕਿਹਾ ਮੰਗ ਨੀ ਹੈਗੀ ਮੰਮਾ ਕਹਿੰਦੇ ਕੱਲ ਨੂੰ ਤੁਸੀਂ ਸਾਨੂੰ ਕਹੋ ਨਾ
ਫੇਰ ਵੀ ਮੰਮਾ ਨੇ ਚਲੋ ਜੋ ਵੀ ਸੀਗਾ ਆਪਾਂ ਮਤਲਬ ਅਸੈਪਟ ਇਹਨਾਂ ਨੇ ਅਸੈਪਟ ਵੀ ਕੀਤਾ ਜੋ ਵੀ ਉਸ ਤੋਂ ਬਾਅਦ ਮੈਂ ਮਿਲ ਮੁਲ ਕੇ ਆ ਗਿਆ ਘਰੇ ਫਿਰ ਮੈਨੂੰ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਕੀ ਕਹਿੰਦੇ ਮੰਮਾ ਕਹਿੰਦੇ ਉਹ ਕਹਿੰਦੇ ਨਹੀਂ ਮੁੰਡਾ ਚੰਗਾ ਆ ਤਾਰੀਫ ਕਰਦੇ ਸੀਗੇ ਨਹੀਂ ਫਿਰ ਮੰਮਾ ਨੇ ਤੁਹਾਨੂੰ ਚਾਦਰ ਬੈਡਸ਼ੀਟ ਦਿੱਤੀ ਹਾਂ ਮੈਨੂੰ ਉਹ ਦੇਤਾ ਹੀ ਸ਼ਗਨ ਜਿਹਾ ਦੇ ਹੀ ਦਿੱਤਾ ਸੀ ਸ਼ਗਨ ਔਰ ਬੈਡਸ਼ੀਟ ਸਹੁਰਿਆਂ ਤੋਂ ਬੈਡਸ਼ੀਟ ਲੈ ਕੇ ਹਾਂ ਮੰਮਾ ਨੇ ਨਾ ਬੈਡਸ਼ੀਟ ਲਿਆਂਦੀਆਂ ਸੀ ਤੇ ਮੰਮਾ ਨੇ ਫਿਰ ਇਹਨਾਂ ਨੂੰ ਇੱਕ ਬੈਡਸ਼ੀਟ ਤੇ ਨਾਲ ਪੁੱਤਾ ਚਾਦਰ ਇਹ ਵੇਖ ਕੇ ਪੈਰ ਪਸਾ ਲਈ ਮਤਲਬ ਜੋਬ ਕਰਦੀ ਸੀ ਹਨਾ ਹੇਅਰ ਟ੍ਰਾਂਸਪਲਾਂਟ ਦੀ ਤੇ ਇੱਕ ਵਾਰੀ ਮੈਂ ਤੇ ਮੰਮਾ ਅਸੀਂ ਨਾਨਕਿਆਂ ਤੋਂ ਆਉਂਦੇ ਪਏ ਸੀਗੇ ਤੇ ਮੇਰੀ ਬਾਈਕ ਪੈਂਚਰ ਹੋ ਗਈ ਤੇ ਮੈਂ ਕਿਹਾ ਯਾਰ ਮੰਮਾ ਨੂੰ ਉਹ ਪੈਂਚਰ ਵਾਲਾ ਦੂਰ ਸੀਗਾ ਤੇ ਮੈਂ ਕਿਹਾ ਯਾਰ ਮੈਂ ਮੰਮਾ ਨੂੰ ਕਿੱਥੇ ਖਿਲਾਰਾਂ ਮੰਮਾ ਨੂੰ ਕਿੱਥੇ ਖਿਲਾਰਾਂ ਮੈਂ ਕਿਹਾ ਲੈ ਖੋਜ ਦਾ ਤਾਂ ਆਫਿਸ ਹੈ ਲਾਗੇ ਮੈਂ ਖੋਜ ਨੂੰ ਫੋਨ ਲਾਇਆ ਮੈਂ ਕਿਹਾ ਏਦਾਂ ਗਰਮੀਆਂ ਦੇ ਦਿਨ ਸੀ ਹਨਾ ਗਰਮੀ ਸੀਗੀ ਕਾਫੀ ਤੇ ਮੈਂ ਖੋਜ ਨੂੰ ਫੋਨ ਲਾਇਆ ਤੇ ਮੈਂ ਕਿਹਾ ਖੋਜ ਏਦਾਂ ਏਦਾਂ ਕਰਕੇ ਨਾ ਗੱਲ ਆ ਵੀ ਮੰਮਾ ਖੜੇ ਨੇ ਵੀ ਮੇਰੀ ਬਾਈਕ ਪੈਂਚਰ ਹੋ ਗਈ ਇਹ ਭੱਜੀ ਆਈ ਇਹ ਕਰਦੀ ਬੜੀ ਸੀ ਉਦੋਂ ਹਨਾ ਇਹ ਭੱਜੀ ਆਈ ਉਦੋਂ ਕਰਦੀ ਸੀ ਮਤਲਬ ਹੁਣ ਮੈਂ ਇਹਨਾਂ ਨਾਲ ਟਾਈਮ ਪਾਸ ਕਰ ਰਹੀ ਹਾਂ ਗੱਲ ਤੁਸੀਂ ਦੇ ਲਈ ਗੱਲ ਕਰਨਾ ਇਹਨਾਂ ਚੱਲ ਫੇਰ ਕੁਦੇ ਕਹੋਗੇ ਮੈਨੂੰ ਚੱਲ ਕਹੋਗੇ ਇਹ ਮਾਹਾ ਚੱਲ ਨੇ ਪਤਾ ਹੀ ਆ ਯਾਰ ਜਿਹੜੇ ਵਿਆਹ ਹੋ ਉਦੋਂ ਕਰਦੀ ਸੀ ਚੇਂਜ ਹੋ ਹੀ ਜਾਂਦਾ ਵਾ ਮੈਂ ਹੁਣ ਵੀ ਬਹੁਤ ਕਰਦੀ ਆ ਕਰਦੀ ਨਹੀਂ ਮੇਰਾ ਚੁੱਪ ਯਾਰ ਇਹਨੇ ਹੋਈ ਤਾਂ ਪਾਗਲ ਹੋ ਗਈ ਦੀਪ ਦਾ ਫੋਨ ਆ ਗਿਆ ਦੀਪ ਦਾ ਫੋਨ ਆ ਗਿਆ ਆ ਵਿੱਚੋਂ ਚੱਲ ਮਾਰਤੀ ਤੇ ਨਾ ਭੱਜੀ ਆਈ ਭੱਜੀ ਆਈ ਇਹ ਨਾ ਐਕਸਾਈਟਿਡ ਹੋ ਕੇ ਜ਼ਿਆਦਾ ਗਈ ਉੱਤੇ ਤੇ ਮੰਮਾ ਲੈ ਗਈ ਮੈਂ ਮੰਮਾ ਨੂੰ ਕਿਹਾ ਮੈਂ ਕਿਹਾ ਆਇਆ ਤੁਹਾਡੀ ਨੂੰ ਉਦੋਂ ਮੈਂ ਤੁਹਾਡੇ ਘਰਦਿਆਂ ਨੂੰ ਨੀ ਮਿਲਿਆ ਸੀ ਹਨਾ ਨਹੀਂ ਤੇ ਮੈਂ ਕਿਹਾ ਆਇਆ ਤੁਹਾਡੀ ਨੂੰ ਤੇ ਮੰਮਾ ਨੇ ਮਿਲੇ ਮੰਮਾ ਨੇ ਦੇਖਿਆ ਤੂੰ ਕਿਹਾ ਤੂੰ ਬੈਠੇ ਬੂਠੇ ਗੱਲਾਂ ਬਾਤਾਂ ਮਾਰੀਆਂ ਚੰਗੀਆਂ ਮੰਮਾ ਨੇ ਇਹਨਾਂ ਨਾ ਤੇ ਮੈਂ ਪੈਂਚਰ ਪੂੰਚਰ ਲਵਾ ਕੇ ਤੇ ਮੈਂ ਪਕੌੜੇ ਮੰਗਵਾਏ ਪਕੌੜੇ ਪਕੌੜੇ ਖਾਏ ਇਹਨੇ ਸੇਵਾ ਪਾਣੀ ਪੂਰੀ ਕੀਤੀ ਸੱਸ ਦੀ ਤੇ ਬਾਅਦ ਚ ਮੰਮੀ ਨੇ ਜਾਣ ਲੱਗਿਆ ਇਹਨੂੰ ਸ਼ਗਨ ਫੜਾ ਤਾ ਤੇ ਮੰਮੀ ਕਹਿੰਦੇ ਆ ਸਾਡੇ ਵੱਲੋਂ ਸ਼ਗਨ ਹੀ ਆ ਮੰਮੀ ਕਹਿੰਦੇ ਨੇ ਮੰਮੀ ਨੇ ਕਹਿੰਦੀ ਉਦਾਂ ਹੀ ਦਿੱਤਾ ਸੀ ਹਨਾ ਉਦਾਂ ਦਿੱਤਾ ਸੀ ਕਿ ਚੱਲ ਪਹਿਲੀ ਵਾਰ ਮਿਲੇ ਹਾਂ ਵੀ ਪਹਿਲੀ ਵਾਰੀ ਮਿਲੇ ਆ ਤੇ ਮੈਂ ਮੰਮਾ ਨੇ ਸਾਨੂੰ ਪਹਿਲੀ ਵਾਰ ਦਿੱਤਾ ਪਰ ਮੰਮੀ ਸਾਡੀ ਸਕੀਮ ਹੀ ਵਿੱਚ ਵਿੱਚ ਸ਼ਗਨ ਹੀ ਰੱਖ ਕੇ ਗਏ ਸੀ ਇਹਨੂੰ ਵੀ ਇਹ ਕੁੜੀ ਪੱਕੀ ਕਰ ਦਈਏ ਤੇ ਪੱਕੀ ਮਤਲਬ ਤੁਹਾਨੂੰ ਪਤਾ ਜੇ ਸ਼ਗਨਾਂ ਚ ਪੱਕੀ ਹੋ ਜਾਵੇ ਉਦੋਂ ਹੀ ਪੱਕੀ ਹੋਣੀ ਮੰਮੀ ਹੁਣ ਕਹਿੰਦੇ ਇਹ ਤੇਰਾ ਇੰਨਾ ਹੀ ਹੋਣਾ ਮੈਂ ਸ਼ਗਨ ਫੜਾਇਆ ਹੀ ਸੀ ਇਹਨੂੰ ਤੇ ਉਦੋਂ ਬਾਅਦ ਫਿਰ ਜਦੋਂ ਇਹਦੇ ਮੰਮਾ ਹੁਣਾਂ ਨੂੰ ਮਿਲ ਕੇ ਆਇਆ ਉਦੋਂ ਬਾਅਦ ਥੋੜ੍ਹੇ ਚਿਰ ਸਾਡੀ ਫੇਰ ਗੱਲਬਾਤ ਚੱਲਦੀ ਰਹੀ ਹਨਾ ਅਸੀਂ ਦੋਵੇਂ ਟੈਨਸ਼ਨ ਚ ਸੀਗੇ ਕਿ ਕਿੱਦਾਂ ਹੋਊ ਕਿੱਦਾਂ ਹੋਊ ਕਿੱਦਾਂ ਨਹੀਂ ਫਿਰ ਮੈਂ ਆਪਣੇ ਘਰ ਦੇ ਨੂੰ ਦੱਸਿਆ ਸੀਗਾ ਕਿ ਇਹਦੇ ਦਾ ਕਿ ਮੰਮਾ ਇੱਕ ਗੱਲ ਦੀ ਬਸ ਥੋੜੀ ਜੀ ਹੈਗੀ ਆ ਕਿ ਸਾਡਾ ਉਦੋਂ ਇਹਨਾਂ ਦਾ ਜਿਹੜਾ ਪਲਾਟ ਵਾਲਾ ਸੀਗਾ ਕੰਮ ਉਦੋਂ ਹੋਇਆ ਨਹੀਂ ਸੀਗਾ ਤੇ ਫਿਰ ਮੰਮਾ ਨੇ ਮੈਨੂੰ ਦੱਸਿਆ ਕਿ ਮੈਂ ਕਿਹਾ ਮੈਂ ਗੁਰਦੁਆਰਾ ਸਾਹਿਬ ਰਹਿੰਦੇ ਹਾਂ ਬਟ ਇਹ ਨਹੀਂ ਕਿ ਸਾਨੂੰ ਇੱਥੇ ਬਹੁਤ ਵੱਡੀ ਮਜਬੂਰੀ ਆ ਰਹਿਣ ਦੀ ਇੱਦਾਂ ਨਹੀਂ ਕਿ ਮਹਾਰਾਜ ਦੀ ਪਾਪਾ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਫਿਰ ਜਿੱਦਾਂ ਪਾਪਾ ਡਿਊਟੀ ਹੁਣ ਜੇ ਕੋਈ ਆਰਮੀ ਜੇ ਕਿਤੇ ਡੈਡੀ ਆਰਮੀ ਜਾ ਤੇ ਉਹਨਾਂ ਨੂੰ ਵੀ ਤਾਂ ਆਰਮੀ ਵਾਲਾ ਫਲੈਟ ਚ ਰਹਿਣਾ ਪੈਂਦਾ ਆ ਸੋ ਇਹ ਜਿਹੜਾ ਡੈਡੀ ਇੰਜੀਨੀਅਰ ਆ ਕਿਤੇ ਤੇ ਉਹਨਾਂ ਨੂੰ ਇੱਥੇ ਰਹਿਣਾ ਪੈਂਦਾ ਤੇ ਫਿਰ ਮੰਮਾ ਨੂੰ ਦੱਸਿਆ ਮੈਂ ਕਿਹਾ ਇਦਾਂ ਉਹਨਾਂ ਨੂੰ ਕੰਮ ਵੀ ਜ਼ਰੂਰੀ ਆ ਦੈਨ ਬਹੁਤ ਅੱਛਾ ਇੱਥੇ ਸਾਰਾ ਦਾ ਇੰਨਾ ਪਿਆਰ ਆ ਫਿਰ ਵੀ ਮੰਮਾ ਹੁਣਾਂ ਨੂੰ ਇੱਥੇ 13 ਸਾਲ ਹੋ ਗਿਆ ਰਹਿੰਦੇ ਤੇ ਇੰਨਾ ਅੱਛਾ ਸਭ ਨਾਲ ਪਿਆਰ ਆ ਮੈਂ ਕਿਹਾ ਮੈਂ ਇੱਦਾਂ ਗੱਲਾਂ ਹੋਈਆਂ ਉਹ ਕਹਿੰਦੇ ਚਲੋ ਠੀਕ ਆ ਹਨਾ ਫਿਰ ਨਾ ਉਸ ਤੋਂ ਬਾਅਦ ਕਾਫੀ ਦਿਨ ਪੈਣ ਤੋਂ ਬਾਅਦ ਇੱਦਾਂ ਹੋਇਆ ਕਿ ਇਹਨਾਂ ਦੀ ਫੈਮਿਲੀ ਦੀ ਜੋ ਮੈਜੋਰਿਟੀ ਨਿਕਲ ਕੇ ਆਈ ਕਿ ਉਹ ਕਹਿੰਦੇ ਕਿ ਆਪਾਂ ਸਾਰਿਆਂ ਨੇ ਮਿਲਣਾ ਇੱਕ ਵਾਰੀ ਉਹਨਾਂ ਨੂੰ ਮਾਂ ਪਿਓ ਨੂੰ ਵੀ ਤੇਰੇ ਹਨਾ ਮਾਂ ਪਿਓ ਨੂੰ ਵੀ ਤੇ ਇੱਧਰੋਂ ਮੈਂ ਮਾਮਾ ਉਹਨਾਂ ਨੂੰ ਗੱਲ ਕੀਤੀ ਉਹ ਕਹਿੰਦੇ ਅੱਛਾ ਚਲੋ ਮਿਲ ਲੈਂਦੇ ਹਾਂ ਡੈਡੀ ਕਹਿੰਦੇ ਇੱਡੀ ਕਿਹੜੀ ਗੱਲ ਆ ਮਿਲ ਲੈਂਦੇ ਹਾਂ ਤੇ ਫਿਰ ਉਦੋਂ ਵੀ ਅਸੀਂ ਕਹਿੰਦੇ ਸੀਗੇ ਕਿ ਜਿੱਦਾਂ ਚਲੋ ਕਿਤੇ ਕਰਦੇ 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 ਫਿਰ ਇਹ ਕਿਹਾ ਵੀ ਸਾਨੂੰ ਭਰਾਵਾ ਤੱਲਣ ਸਾਹਿਬ ਨੇ ਬਾਹਰ ਲਾਇਆ ਤੱਲਣ ਸਾਹਿਬ ਹੀ ਮਿਲਾਉਣਾ ਤੇ ਗੱਲ ਹੋਈ ਤੱਲਣ ਸਾਹਿਬ ਮਿਲਣ ਦਾ ਟਾਈਮ ਰੱਖ ਕਿਤਾ ਸ਼ਾਮ ਦਾ ਰੱਖਿਆ ਵਾਹਵਾ ਚਿਰ ਵੇਟ ਕਰਦੇ ਰਹੇ ਇਹਦੇ ਘਰ ਦੇ ਉਦੋਂ ਵੀ ਲੇਟ ਆਏ ਫਿਰ ਮੈਂ ਬਦਲਾ ਲਿਆ ਬਰਾਤ ਚ ਆਪਾਂ ਡੀਕਦੇ ਰਹੇ ਉਦੋਂ ਵੀ ਸਿਆਲੀ ਦੇਣ ਸੀ ਹਨਾ ਹਨਾ ਤੇ ਉਡੀਕਦੇ ਰਹੇ ਆਏ ਨੀ 8:30-9 ਵਜੇ ਆਏ ਇਹਦੇ ਫੈਮਿਲੀ ਵਾਲੇ ਤੇ ਆਪਾਂ ਬਾਈਕ 'ਤੇ ਗਏ ਸੀਗੇ ਅਤੇ ਇਹ ਗੱਡੀ 'ਚ ਆਏ ਹੈ ਨਾ ਅਤੇ ਉੱਥੇ ਬੈਠੇ ਅਤੇ ਤੱਲਣ ਸਾਹਿਬ ਬਹਿ ਕੇ ਬੂ ਕੇ ਮਤਲਬ ਮੇਰੇ ਲਈ ਜਿਹੜਾ ਐਕਸਪੀਰੀਅੰਸ ਸੀ ਉਹ ਮੈਂ ਸ਼ੇਅਰ ਨਹੀਂ ਕਰ ਸਕਦਾ ਕਿ ਕਿੱਦਾਂ ਦਾ ਸੀ ਮੇਰਾ ਜਦੋਂ ਕਚਹਿਰੀ ਨਹੀਂ ਲੱਗੀ ਹੁੰਦੀ ਹਾਂਜੀ ਇਹਦੇ ਭਰਾ ਕਦੀ ਸਵਾਲ ਪੁੱਛੇ ਕਦੀ ਇਹਦੀ ਮਾਸੀ ਪੁੱਛੇ ਕਦੀ ਕੋਈ ਪੁੱਛੇ ਕਦੀ ਕੋਈ ਪੁੱਛੇ ਇਹਦੇ ਮੰਮਾ ਦਾ ਵਿਚਾਰੇ ਚੁੱਪ ਕਰਕੇ ਸਾਈਡ 'ਤੇ ਬੈਠੇ ਰਹੇ ਅਤੇ ਹਾਂਜੀ ਜੀ ਕੀ ਕਰਦੇ ਹੋ ਮੈਂ ਕਿਹਾ ਜੀ ਮੈਂ ਕੈਸ਼ੀਅਰ ਦੀ ਡਿਊਟੀ ਕਰਦਾ ਅੱਛਾ ਕਿੱਥੇ ਕਰਦੇ ਹੋ ਮੈਂ ਕਿਹਾ ਜੀ ਮੈਂ ਤਾਜ ਕਰਦਾ ਅੱਛਾ ਕਿੰਨੀ ਸੈਲਰੀ ਆ ਮੈਂ ਕਿਹਾ ਜੀ ਇੰਨੀ ਸੈਲਰੀ ਹੈ ਨਾ ਜੋ ਵੀ ਦੱਸਿਆ ਅਤੇ ਉਹ ਐਡੇ ਦੇਖ ਲਾ ਉਹਨਾਂ ਨੂੰ ਯਕੀਨ ਨਹੀਂ ਆਇਆ ਉਹ ਫਿਰ ਕਿਤੇ ਮੁੰਡਾ ਝੂਠਦਾ ਨਾ ਬੋਲਦਾ ਹੋਵੇ ਅਤੇ ਫਿਰ ਗੱਲ ਗੁੱਲ ਕਰਕੇ ਫਿਰ ਡੈਡੀ ਉਹਨਾਂ ਨੂੰ ਕਹਿੰਦੇ ਸਾਡੀ ਕੁੜੀ ਨੂੰ ਆਉਂਦਾ ਨਹੀਂ ਆ ਕੁਛ ਵੀ ਬਣਾਉਣਾ ਡੈਡੀ ਕਹਿੰਦੇ ਜਿੱਥੇ ਅਸੀਂ ਰੋਟੀ ਖਾਂਦੇ ਉੱਥੇ ਇਹ ਵੀ ਖਾ ਲੂਗੀ
ਫੇਰ ਨਾ ਉਸ ਤੋਂ ਬਾਅਦ ਗੱਲ ਬਾਤ ਹੋਈ ਸਾਡੀ ਤੇ ਫੇਰ ਇਹਦੇ ਘਰਦਿਆਂ ਨੇ ਫਿਰ ਕਹਿੰਦੇ ਚਲੋ ਸਲਾਹ ਕਰਕੇ ਦੱਸਾਂਗਾ ਮੈਂ ਕਿਹਾ ਕਿੰਨੀਆਂ ਸਲਾਹ ਕਰਨੀਆਂ ਇਹਨਾਂ ਨੇ ਤੇ ਸਲਾਹ ਕਰਕੇ ਦੱਸਾਂਗੇ ਤੇ ਫਿਰ ਇਹਨਾਂ ਨੇ ਸਲਾਹ ਸਲੂਹ ਕਹਿੰਦੇ ਸਲਾਹ ਕਰਕੇ ਦੱਸਾਂਗੇ ਚਲੋ ਜੀ ਹੈਨਾ ਤੇ ਸਲਾਹ ਕਰਨ ਤੋਂ ਬਾਅਦ ਇਹਨਾਂ ਨੇ ਅਸੀਂ ਵੀ ਆ ਕੇ ਘਰੇ ਆਈ ਕਿ ਚਲੋ ਆਪਾਂ ਸਲਾਹ ਸਲੂਹ ਕਰ ਲਵਾਂਗੇ ਹੈਨਾ ਅਸੀਂ ਵੀ ਤੇ ਨਹੀਂ ਨਹੀਂ ਏਦਾਂ ਵੀ ਨਹੀਂ ਹੋਇਆ ਉਸ ਤੋਂ ਬਾਅਦ ਘਰੇ ਗਏ ਤੈਨੂੰ ਹਾਈਟ ਨੀ ਛੋਟੀ ਤੁਸੀਂ ਉੱਥੇ ਵੀ ਮੰਮਾ ਨੇ ਤੈਨੂੰ ਪੁੱਛਿਆ ਸੀ ਕਿ ਮੈਨੂੰ ਮੁੰਡੇ ਦੀ ਹਾਈਟ ਲੰਬੀ ਲੱਗੀ ਆ ਕੁੜੀ ਸਾਰੀ ਗੱਲ ਬਾਤ ਹੋ ਗਈ ਸੀ ਮਿਲੇ ਵੀ ਤਲਨ ਸਾਹਿਬ ਮਿਲੇ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਕਹਿੰਦੇ ਅਸੀਂ ਫੇਰ ਸਲਾਹ ਕਰਕੇ ਦੱਸਾਂਗੇ ਤੇ ਸਲਾਹ ਕਰਕੇ ਮਤਲਬ ਉਹੀ ਵੀ ਸਲਾਹ ਕਰਕੇ ਦੱਸ ਦਾਂਗੇ ਉਸ ਤੋਂ ਬਾਅਦ ਭਰਾਵਾ ਹਜੇ ਅਸੀਂ ਤਾਂ ਲੱਲਣ ਨਿਕਲੇ ਤੇ ਮੈਨੂੰ ਤਾਜ ਤੋਂ ਫੋਨ ਵੀ ਆ ਗਿਆ ਉਹ ਯਾਰ ਤੇਰੇ ਬਾਰੇ ਕੋਈ ਪੁੱਛਣ ਆਇਆ ਸੀਗਾ ਕਿ ਅਸੀਂ ਜੀ ਮੈਟਰੀਮੋਨੀਅਲ ਤੋਂ ਆਏ ਖੱਪ ਖੁੱਪ ਚ ਨਾ ਬਣਾਤੀ ਹੋਵੇ ਇਹਨੇ ਕਿ ਹੁਣ ਜਿੱਦਾਂ ਨਾਲ ਦੇ ਨੂੰ ਪਤਾ ਹੁੰਦਾ ਜਿਹੜਾ ਕੰਮ ਕਰਦਾ ਹੁੰਦਾ ਵੀ ਯਾਰ ਇਹਨੂੰ ਕੀ ਕਾਹਲੀ ਪੈ ਗਈ ਮੈਟਰੀਮੋਨੀਅਲ ਦੇ ਆ ਗਏ ਉਹ ਪੁੱਛਿਆ ਫਿਰ ਇਧਰੋਂ ਤਾਜ ਉਧਰੋਂ ਤਾਜ ਪੁੱਛ ਪੁੱਛ ਕੇ ਉਹਨਾਂ ਨੇ ਇਨਕੁਆਰੀ ਜੋ ਸੀਗਾ ਵੀ ਅਗਲੇ ਦੱਸਤਾ ਹਨਾ ਮਾਸੀ ਨੂੰ ਪੁੱਛਿਆ ਮੈਂ ਕਿਹਾ ਮਾਸੀ ਜੀ ਕਿੱਦਾਂ ਲੱਗਾ ਹਨਾ ਕਹਿੰਦੇ ਨਹੀਂ ਮੁੰਡਾ ਤਾਂ ਨੀ ਮਾੜਾ ਬਾਕੀ ਕਹਿੰਦੇ ਤੈਨੂੰ ਪਤਾ ਹੀ ਆ ਵੀ ਹਨਾ ਤੂੰ ਤੂੰ ਰਹਿਣਾ ਕੋਲ ਤੈਨੂੰ ਸਾਰਾ ਪਤਾ ਹੀ ਆ ਮੈਂ ਕਿਹਾ ਨਹੀਂ ਮੇਰੇ ਨਾਲ ਵੀ ਵਧੀਆ ਆ ਫੈਮਿਲੀ ਅੱਛੀ ਆ ਤੇ ਉਹ ਕਹਿੰਦੇ ਬਾਕੀ ਤੂੰ ਦੇਖ ਲੈ ਬਾਕੀ ਸਾਨੂੰ ਤਾਂ ਮੁੰਡਾ ਤਾਂ ਪਸੰਦ ਆ ਮੁੰਡਾ ਨੀ ਮਾੜਾ ਕਹਿੰਦੇ ਨਾਲੇ ਸਾਨੂੰ ਸਭ ਤੋਂ ਗੱਲ ਅੱਛੀ ਇਹਦੀ ਇਹ ਲੱਗੀ ਕਿ ਮੁੰਡੇ ਦੀ ਕਿ ਇੰਨੇ ਕੋਚ ਵੀ ਆ ਗਏ ਗੁਰੂ ਘਰੇ ਬਾਨਾ ਪਾ ਕਹਿੰਦੇ ਝੂਠ ਨੀ ਬੋਲਿਆ ਹਨਾ ਮੇਰਾ ਬ੍ਰਦਰ ਕਹਿੰਦਾ ਮਸਤ ਮੁੰਡਾ ਉਹ ਕਹਿੰਦੇ ਜੋ ਸੀਗਾ ਉਹਨੇ ਸੱਚ ਦੱਸਿਆ ਕਿ ਜਿੰਨੇ ਚ ਮੈਨੂੰ ਖੁਸ਼ ਰੱਖ ਸਕਦਾ ਇਹਨਾਂ ਕਹਿਤਾ ਸੀ ਮੈਨੂੰ ਤਾਂ ਬੋਲਣ ਨਹੀਂ ਦਿੰਦੇ ਮਤਲਬ ਇਹਨਾਂ ਕਹਿਤਾ ਸੀ ਵੀ ਇਹਨਾਂ ਤੁਹਾਡੀ ਧੀ ਨੂੰ ਦੁਖੀ ਨਹੀਂ ਹੋਣ ਦਊਗਾ ਹਰ ਡਿਮਾਂਡ ਪੂਰੀ ਕਰੂੰਗਾ ਜੋ ਮੰਗੇਗੀ ਹੁਣ ਤੇ 10 ਮਿੰਟ ਚੁੱਪ ਰਹਿਣਾ ਤੇ ਫਿਰ ਏਦਾਂ ਹੀ ਗੱਲ ਹੋਈ ਹਨਾ ਫਿਰ ਮੈਂ ਮਤਲਬ ਮੈਂ ਵੀ ਅੰਦਰੋਂ ਨਰਵਸ ਸੀਗੀ ਕਿ ਹਏ ਏਦਾਂ ਮਤਲਬ ਕਿੱਦਾਂ ਨਾ ਮੇਰਾ ਰੀਅਲ ਬ੍ਰਦਰ ਥੋੜ੍ਹਾ ਜਿਹਾ ਕਰਦਾ ਸੀ ਕਿ ਨਹੀਂ 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 ਹਨਾ ਬਟ ਅੱਜ ਉਹ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ ਹੈ ਠੀਕ ਆ ਜੋ ਮਰਜ਼ੀ ਉਹਨੇ ਕਰਨਾ ਉਹਨੇ ਦੀਪ ਭਾਈ ਤੋਂ ਬਿਨਾਂ ਪੁੱਛੇ ਨਹੀਂ ਕਰਨਾ ਐਂਡ ਬਹੁਤ ਰਿਸਪੈਕਟ ਦਿੰਦਾ ਮਹਾਰਾਜ ਉਹਦੀ ਮਤਲਬ ਚੜ੍ਹਦੀ ਕਲਾ 'ਚ ਨੂੰ ਰੱਖੇ ਹੁਣ ਤੱਕ ਤਾਂ ਉਹ ਬਹੁਤ ਰਿਸਪੈਕਟ ਕਰਦਾ ਹਨਾ ਅਤੇ ਫਿਰ ਸਾਰੀ ਗੱਲਬਾਤ ਹੋਈ ਮੇਰੇ ਬ੍ਰਦਰ ਨੇ ਮੈਨੂੰ ਇੱਕੋ ਹੀ ਉਦੋਂ ਨਾ ਕੁਛ ਇਹ ਸੀਗਾ ਸਿਸਟਮ ਸਾਡਾ ਥੋੜ੍ਹਾ ਚੇਂਜ ਹੋ ਗਿਆ ਉਦੋਂ ਇਹਨਾਂ ਦਾ ਬਾਹਰ ਦਾ ਬੰਦਾ ਸੀਗਾ ਜਦੋਂ ਮੇਰੇ ਨਾਲ ਗੱਲ ਚੱਲਦੀ ਸੀਗੀ ਇਹਨਾਂ ਨੂੰ ਸੀਗਾ ਕਿ ਮੈਂ ਥੋੜ੍ਹਾ ਜਿਹਾ ਕਰੋਨਾ ਹਾਂ ਉਦੋਂ ਲੋਕਡਾਊਨ ਲੱਗ ਗਿਆ ਨਹੀਂ ਤਾਂ ਥੋੜ੍ਹਾ ਜਿਹਾ ਸਾਡਾ ਇਹ ਸੀਗਾ ਕਿ ਇਹਨਾਂ ਨੇ ਕਿਹਾ ਸੀ ਮੇਰੇ ਮੰਮਾ ਹੋਣਾ ਨੂੰ ਕਿ ਮੇਰਾ ਕੋਈ ਪਤਾ ਵੀ ਨਹੀਂ ਆ ਦੋ ਸਾਲ ਪਾਉਣੇ ਆ ਹਾਂ ਪਹਿਲਾਂ ਕਿਹਾ ਸੀ ਕਿ ਵਿਆਹ ਵਿਆਹ ਕਰਾਉਣਾ ਹਨਾ ਥੋੜ੍ਹਾ ਜਿਹਾ ਬਾਹਰ ਦਾ ਬਣਿਆ ਨੀ ਚਲੋ ਮਹਾਰਾਜ ਨੇ ਇੱਥੇ ਵੀ ਸਾਨੂੰ ਬਾਹਰ ਵਰਗਾ ਹੀ ਰੱਖਿਆ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ ਪਰ ਫਿਰ ਵੀ ਮੰਮਾ ਹੁਣ ਇਹ ਗੱਲ ਕਹਿੰਦੇ ਸੀ ਤੁਹਾਡਾ ਫਿਊਚਰ ਬਣ ਜੂਗਾ ਵੀ ਤੁਸੀਂ ਆਪਣਾ ਦੇਖ ਪਹਿਲਾਂ ਇਹੀ ਫੈਸਲਾ ਹੋਇਆ ਸੀਗਾ ਰੋਕੇ ਤੇ ਕਿ ਰੋਕਾ ਕਰ ਲੈਂਦੇ ਹਾਂ ਵੀ ਅਸੀਂ ਸਾਨੂੰ ਸ਼ਿਓਰਟੀ ਦੇ ਦਿੰਦੇ ਦੋਵਾਂ ਜਾਣਿਆਂ ਨੂੰ ਵੀ ਤੁਸੀਂ ਇੱਕ ਦੂਜੇ ਦੇ ਆ ਤੇ ਪਰ ਜਿਹੜਾ ਵਿਆਹ ਆ ਉਹ 2 ਸਾਲ ਬਾਦ ਹੋਊਗਾ ਮੈਂ ਵੀ ਕਿਹਾ ਮੈਂ ਕਿਹਾ ਚਲੋ 2 ਸਾਲ ਬਾਅਦ ਪਹਿਲੀ ਗੱਲ ਇਹ ਆ ਕਿ ਜਿਹੜੇ ਕਹਿੰਦੇ ਆ ਕਿ ਮਹਾਰਾਜ ਦੇ ਘਰੇ ਇਦਾਂ ਆ ਉਦਾਂ ਤੁਸੀਂ ਨਾ ਬਣਾਇਆ ਕਰੋ ਜਾਂ ਕੁਛ ਵੀ ਆ ਯਾਰ ਤੁਹਾਡਾ ਆਪਣਾ ਹੈ ਸੈਂਸ ਸਾਡਾ ਆਪਣਾ ਸੈਂਸ ਅਸੀਂ ਆਪਣੇ ਇਹਨੂੰ ਆਪਣਾ ਘਰ ਹੀ ਮੰਨੀਦਾ ਆ ਠੀਕ ਹੈ ਇੱਦਾਂ ਦਾ ਕੁਛ ਨਹੀਂ ਆ ਮਹਾਰਾਜ ਦੇ ਅੱਗੇ ਹਜ਼ੂਰੀ 'ਚ ਸਾਡਾ ਸਭ ਕੁਛ ਹੋਇਆ ਆ ਅਸੀਂ ਕੋਈ ਬਹੁਤ ਇੱਦਾਂ ਨਹੀਂ ਹੈ ਨਾ ਜੋ ਵੀ ਆ ਕਿ ਮਤਲਬ ਉਹਨਾਂ ਦੇ ਸਾਹਮਣੇ ਸਾਰਾ ਕੁਛ ਹੋਇਆ ਆ ਨਾ ਫਿਰ ਅਸੀਂ ਤਲਨ ਸਾਹਿਬ ਇਹੀ ਕਿਹਾ ਸੀਗਾ ਕਿ ਜੋ ਵੀ ਆ ਬਾਬਾ ਜੀ ਤੁਹਾਡੇ ਹੱਥ ਆ ਤੁਸੀਂ ਜਿੱਦਾਂ ਚਾਹੋਗੇ ਉੱਦਾਂ ਹੋ ਜੂਗੀ ਔਰ ਬਾਬਾ ਨੇ ਪੇਠ ਨਹੀਂ ਲੱਗਣ ਦਿੱਤੀ ਨਾ ਦੀਪ ਦੀ ਨਾ ਮੇਰੀ ਔਰ ਮੇਰੀ ਵੀ ਜੋਬ ਵਧੀਆ ਸੀਗੀ ਉਦੋਂ ਮੈਂ ਇਹਨਾਂ ਨੇ ਮੈਨੂੰ ਮੈਂ ਨਾਲ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਮੈਂ ਕਿਹਾ ਦੀਪ ਦੇਖੋ ਤੁਸੀਂ ਮੈਨੂੰ ਵਿਆਹ ਤੋਂ ਬਾਅਦ ਫੋਰਸ ਨਹੀਂ ਕਰ ਸਕਦੇ ਕਿ ਮੈਂ ਜੋਬ ਕਰਾਂ ਹੈ ਨਾ ਮੈਂ ਕਰਾਂ ਚਾਹੇ ਨਾ ਕਰਾਂ ਮੇਰੀ ਥਿੰਕਿੰਗ ਆ ਨਾ ਫਿਰ ਮੈਨੂੰ ਕਹਿੰਦੇ ਤੈਨੂੰ ਮੈਂ ਜੋਬ ਕਰਾਉਣੀ ਹੀ ਨਹੀਂ ਜਦ ਮੇਰੀ ਇੰਨੀ ਕੁ ਮੈਂ ਇੰਨਾ ਕੁ ਹੈਸੀਅਤ ਹੈਗੀ ਆ ਕਿ ਮੈਂ ਤੈਨੂੰ ਖਵਾ ਸਕਦਾ ਹਾਂ ਨਾ ਤੇ ਮੈਂ ਕਿਹਾ ਮੇਰੀ ਮੰਮਾ ਨੇ ਕੀਤੀ ਨਾ ਮੇਰੀ ਭਾਬੀ ਨੇ ਕੀਤੀ ਤੇ ਨਾ ਤੂੰ ਕਰਨੀ ਨਾ ਮੇਰੀ ਭੈਣ ਨੇ ਕੀਤੀ ਤੇ ਇਸ ਲਈ ਮੈਂ ਕਿਹਾ ਵੀ ਜੋਬ ਨਹੀਂ ਅਸੀਂ ਕਰਾਉਣੀ ਤੇ ਤੂੰ ਨਜ਼ਾਰੇ ਲੈ ਬੋਲੇ ਲੁੱਟ ਤੇ ਐਸ਼ ਕਰ ਤੇ ਉਸ ਤੋਂ ਬਾਅਦ ਫਿਰ ਆਪਣਾ ਰੋਕਾ ਹੋ ਗਿਆ ਹਨਾ 14 ਦਸੰਬਰ ਨੂੰ ਹੋਇਆ ਸੀ ਫਿਰ ਸਾਡਾ ਰੋਕੇ ਦੀ ਡੇਟ ਫਾਈਨਲ ਹੋ ਗਈ ਜੀ ਚਲੋ ਜੀ ਰੋਕਾ ਕਰਨਾ ਹਨਾ ਤੇ ਰੋਕੇ ਦੇ ਉੱਤੇ ਵੀ ਭੱਜ ਨੱਠ ਜੀ ਰਹੀ ਹਨਾ
ਕਾਫੀ ਪਹਿਲੋਂ ਕਹਿੰਦੇ ਕਿ ਇਦਾਂ ਕਰਨਾ, ਫਿਰ ਇਹ ਕਿਹਾ ਕਿ ਗੁਰਦੁਆਰਾ ਸਾਹਿਬ ਹੋਏਗਾ ਰੋਕਾ ਹਨਾ। ਹਾਂ ਮੰਮਾ ਕਹਿੰਦੇ ਸੀ ਫੰਕਸ਼ਨ ਬਾਅਦ ਚ ਕਰਾਂਗੇ, ਕਹਿੰਦੇ ਸਾਡੀ ਇੰਨੀ ਭੱਜ ਨੱਠ ਸੀ, ਸਾਥੋਂ ਫੋਟੋਜ਼ ਵੀ ਨਹੀਂ ਲੈ ਹੋਈਆਂ ਜੱਜ ਨਾਲ, ਤਾਂ ਇੱਕੋ ਬੰਦੇ ਨੂੰ ਇਹ ਫੋਟੋ ਦੀ ਜ਼ਿੰਮੇਵਾਰੀ ਦਿੱਤੀ, ਉਹਨੇ ਝਾਲੀ ਮਾਰਿਆ, ਉਹਨੇ ਝਾਲੀ ਮਾਰਤਾ, ਇੱਕ ਫੋਟੋ ਨਹੀਂ ਸ਼ੇਅਰ ਕਰਨ ਵਾਲੀ ਸੀਗੀ ਹਨਾ। ਤੇ ਮੈਂ ਜਦੋਂ ਰੋਕੇ ਦੀ ਫੋਟੋ ਸ਼ੇਅਰ ਕੀਤੀ, ਲੋਕੀ ਅੱਧੇ ਸਮਝਦੇ ਸੀ ਕਿ ਉਹੀ ਹੋਣ ਡਿਆ ਵਾ, ਇਹਦਾ ਕਿਹੜੇ ਛੂਟ ਛਾਟ ਚੱਲਦਾ ਪਿਆ ਕੋਈ। ਤੇ ਫਿਰ ਫਾਈਨਲੀ ਸਾਡਾ ਯਾਨੀ ਕਿ ਰੋਕਾ ਹੋ ਗਿਆ। ਉਸ ਤੋਂ ਬਾਅਦ ਅਸੀਂ ਫੇਰ ਮੇਰੀ ਫੈਮਿਲੀ ਨੇ ਦੇਖ ਲੋ, ਅਸੀਂ ਇੱਕ ਗੱਲ ਕਹਿੰਦੇ ਹਾਂ, ਸਾਡਾ ਜੋ ਜੋ ਹੋਇਆ ਬਾਬਾ ਜੀ ਦੀ ਹਜ਼ੂਰੀ ਚ ਹੋਇਆ, ਸਾਡੇ ਮੇਰੇ ਘਰ ਦੇ ਮਿਲੇ ਤਾਂ ਵੀ ਬਾਬਾ ਜੀ ਦੀ ਹਜ਼ੂਰੀ ਚ ਮੇਰਾ ਰੋਕਾ ਹੋਇਆ, ਤਾਂ ਵੀ ਰੱਬ ਨੇ ਹੋਟਲ ਨਹੀਂ ਕਰਾ ਦਿੱਤਾ ਕਿ ਸਾਡਾ ਹੋਇਆ ਉਹ ਵੀ ਉੱਥੇ ਹੀ ਬਾਬਾ ਦੀ ਹਜ਼ੂਰੀ ਚ। ਇੰਗੇਜਮੈਂਟ ਨਹੀਂ ਤਾਂ ਸਾਡੇ ਲੋਕੀ ਸਾਰੇ ਜਾਣੇ, ਕਿੰਨਾ ਇੰਗੇਜਮੈਂਟ ਦਾ ਕਿੰਨਾ ਵੱਡਾ ਫੰਕਸ਼ਨ ਕਰਦੇ ਆ। ਇੱਕ ਅਸੀਂ ਨਾ ਕਈ ਵਾਰੀ ਸੋਚਦੇ ਹੁੰਦੇ ਆ ਕਿ ਯਾਰ ਜੇ ਆਪਾਂ ਕਿਤੇ ਉਦੋਂ ਵਲੌਗ ਬਣਾਉਂਦੇ ਹੁੰਦੇ ਤੁਹਾਨੂੰ ਇੰਨੀਆਂ ਸੋਹਣੀਆਂ ਯਾਦਾਂ ਦੇਣੀਆਂ ਸੀ। ਅਸੀਂ ਘੁੰਮਣ ਗਏ ਵਿਆਹ ਤੋਂ ਬਾਅਦ, ਅਸੀਂ ਵਿਆਹ ਦਾ ਵਲੌਗ ਤੁਸੀਂ ਇਹ ਦੇਖੋ, ਫਿਰ ਇੱਕ ਮਿੰਟ ਦੱਸਦੇ ਆ, ਬੈਂਗਲ ਸਰਮਨੀ ਕਿੰਨੀ ਸੋਹਣੀ ਸੀ, ਮੇਰੀ ਬੈਂਗਲ ਸਰਮਨੀ ਬਹੁਤ ਅੱਛਾ ਫੰਕਸ਼ਨ ਸੀ, ਡੀਜੇ ਕਿੰਨਾ ਸੋਹਣਾ ਲੱਗਾ ਸੀ, ਸਾਰਾ ਮਤਲਬ ਇੰਨਾ ਘੈਂਟ ਵਲੌਗ ਨਿਕਲਣਾ ਸੀ। ਫਿਰ ਇਹਨਾਂ ਨੇ ਕੀ ਕਹਿੰਦੇ ਸਾਰੀ ਗੱਲਬਾਤ ਹੋ ਗਈ, ਫਿਰ ਮੇਰੇ ਮਾਸੀਆਂ ਨਾਲ ਇਹਨਾਂ ਦਾ ਕਾਫੀ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ। ਜਦੋਂ ਇੱਕ ਵਾਰ ਸੀ ਉਦੋਂ ਹੀ ਮਾਸੀਆਂ ਦਾ ਪੂਰਾ ਮਜ਼ਾਕ ਕਰ ਲੈਂਦੇ ਸੀ, ਉਹ ਅੱਜ ਵੀ ਨਹੀਂ ਛੱਡਦੇ, ਅੱਜ ਵੀ ਕੋਈ ਵੱਡੀ ਮਾਸੀ ਛੋਟੀ ਮਾਸੀ ਬਰਾਬਰ ਦੀ ਹੈ ਇਹਨਾਂ ਲਈ, ਸਾਰਿਆਂ ਲਈ ਤੇ ਮਜ਼ਾਕ ਕਰ ਲੈਂਦੇ ਆ। ਫਿਰ ਸਾਰਿਆਂ ਨਾਲ ਗੱਲਬਾਤ ਹੋਈ, ਸਾਰਿਆਂ ਨੇ ਬੜਾ ਵਧੀਆ ਸਮਝਿਆ ਕਿ ਚਲੋ ਅੱਛੀ ਗੱਲ ਹੈ, ਸਾਡੀ ਕੁੜੀ ਖੁਸ਼ ਰਹਿਣੀ ਚਾਹੀਦੀ ਹੈ। ਵੀ ਫਿਰ ਸਾਰੀ ਫੈਮਿਲੀ ਚ ਸਲਾਹ ਕੀਤੀ, ਸਾਰਿਆਂ ਨੂੰ ਪੁੱਛਿਆ ਗਿਆ ਹਨਾ ਮਾਸੀਆਂ ਮਾਮਿਆਂ ਨੂੰ, ਤੇ ਉਹ ਕਹਿੰਦੇ ਵੀ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਹਨਾ ਵੀ ਕਰ ਦੋ, ਸੋਹਣੀ ਆ ਕੁੜੀ ਹਨਾ। ਤੇ ਫਿਰ ਮੈਂ ਦੱਸਿਆ ਵੀ ਇੱਦਾਂ ਕਰਕੇ ਪੜ੍ਹੀ ਲਿਖੀ ਵੀ ਆ, ਜੋ ਕਿ ਹੈ ਨੀ। ਤੇ ਤੁਸੀਂ ਤਾਂ ਮੈਂ ਕਹਿੰਦੀ ਪੜ੍ਹ ਲਿਖ ਕੇ, ਮੈਂ ਕਹਿੰਦੀ ਆ ਕੀ ਕਵਾਂ ਹੁਣ ਮੈਂ ਤੁਹਾਨੂੰ, ਜਦੋਂ ਮੈਨੂੰ ਅੰਤਾਂ ਦੀ ਭੁੱਖ ਲੱਗਦੀ ਆ ਫਿਰ ਮੈਂ ਇਹ ਫਿਰ ਮੈਂ ਦੱਸਿਆ ਸਾਰਿਆਂ ਨੂੰ ਕਿ ਹਾਂ ਵੀ ਇੱਦਾਂ ਪੜ੍ਹੀ ਲਿਖੀ ਆ, ਫਿਰ ਕਹਿੰਦੇ ਚਲੋ ਵੀ ਹੋਰ ਕੀ ਚਾਹੀਦਾ ਹਨਾ। ਤੇ ਫਿਰ ਉਧਰ ਸਾਡੀ ਫੈਮਿਲੀ ਚ ਵੀ ਹਾਂ, ਫਿਰ ਸਾਰੀ ਗੱਲਬਾਤ ਹੋ ਕੇ ਸਾਡਾ ਰੋਕਾ ਹੋ ਗਿਆ। ਫਿਰ ਉਸ ਤੋਂ ਬਾਅਦ ਅਸੀਂ ਮਤਲਬ ਇਹ ਕਹਿਤਾ ਸੀ ਉਹਨਾਂ ਨੇ ਕਿ ਕੁੜੀ ਤੁਹਾਡੀ, ਮੁੰਡਾ ਸਾਡਾ, ਠੀਕ ਹੈ। ਉਸ ਤੋਂ ਬਾਅਦ ਸਾਡੀ ਹਾਲ ਹੈ, ਤੇਰਾ ਰੋਕਾ ਹੋ ਗਿਆ, ਕੱਲ ਨੂੰ ਨਾ ਕਹੀਂ ਮੈਨੂੰ ਧੋਖਾ ਹੋ ਗਿਆ। ਫਿਰ ਸਾਰੀ ਗੱਲ ਤੁਹਾਨੂੰ ਹੋਰ ਦੱਸਾਂ, ਮੈਂ ਉਦੋਂ ਵੀ ਡਰ ਗਿਆ ਰੋਕੇ ਤੇ ਨਾ, ਮਨੀ ਨੂੰ ਕੋਈ ਅਰਜੈਂਟ ਕੰਮ ਪੈ ਗਿਆ ਤਾਂ ਮਨੀ ਆਇਆ ਨੀ, ਭੱਜ ਗਿਆ ਡਰਾਮਾ। ਮੈਂ ਵੀ ਫਿਰ ਗਰਾਰੀ ਰਹੀ ਮੇਰੀ, ਮੈਂ ਕਿਹਾ ਇੱਦਾਂ ਨੀ, ਕੱਲ ਨੂੰ ਭਰਾਵਾ ਤੁਹਾਡਾ ਭਰਾ ਮਿਲੇ ਨਾ ਮੈਨੂੰ, ਵਿਆਹ ਹੋ ਜਾਵੇ ਤੇ ਭਰਾ ਕਵੇ ਮੈਂ ਮਿਲਣਾ ਹੀ ਨੀ। ਤੇ ਮੈਂ ਕਿਹਾ ਮੇਰੀ ਗੱਲ ਕਰਾਓ ਫੋਨ ਤੇ, ਇਹਨਾਂ ਨੇ ਭਰਾਵਾ ਗੱਲ ਕਰਾਈ, ਫਿਰ ਮਨੀ ਨੇ ਗੱਲ ਗੁੱਲ ਕੀਤੀ, ਫਿਰ ਉਹਨੇ ਮੈਨੂੰ ਗੱਲ ਗੁੱਲ ਕੀਤੀ ਵੀ ਹਾਂਜੀ, ਉਹ ਕਹਿੰਦਾ ਦੀਪ ਤੂੰ ਸਿਰ ਨਾ ਖਾ ਮੇਰਾ, ਤੂੰ ਕਰਾ ਲੈ। ਮੈਂ ਕਿਹਾ ਹਾਂਜੀ ਹਾਂਜੀ ਭਾਜੀ, ਵੀ ਮੈਂ ਇੱਦਾਂ ਇੱਦਾਂ ਕਰਕੇ ਜ਼ਰੂਰੀ ਕੰਮ ਸੀਗਾ, ਮੈਂ ਤੋਂ ਆ ਨਹੀਂ ਹੋਇਆ, ਮੈਂ ਕਿਹਾ ਚੱਲ ਵਿਆਹ ਤੇ ਆ ਜੀ, ਵਿਆਹ ਤੇ ਆ ਜੀ ਡਰਾਮੇ ਬਾਜੇ। ਫਿਰ ਉਸ ਤੋਂ ਬਾਅਦ ਠੀਕ ਹੈ ਬਈ, ਵਿਆਹ ਤੇ ਵਧੀਆ ਲੱਗਾ, ਸਾਰਾ ਕੁਝ ਹੋ ਗਿਆ, ਅਸੀਂ ਇੰਨੇ ਖੁਸ਼ੀ ਖੁਸ਼ੀ, ਫਿਰ ਆਪਾਂ ਮਿਲੇ ਇੱਕ ਦੂਜੇ ਨੂੰ, ਆਪਾਂ ਕਿਹਾ ਹੁਣ ਸਾਨੂੰ ਇੰਨਾ ਸ਼ੋਰ ਹੋ ਗਿਆ ਕਿ ਹੁਣ ਅਸੀਂ ਇੱਕ ਦੂਜੇ ਦੇ ਹੋ ਗਏ ਆ ਹਨਾ, ਵਿਆਹ ਕਰਾਂਗੇ। ਥੋੜਾ ਟਾਈਮ ਪਿਆ, ਥੋੜਾ ਟਾਈਮ ਪਿਆ, ਥੋੜਾ ਟਾਈਮ ਪਿਆ, ਨਾ ਇਹਨਾਂ ਨਾਲ ਸ਼ੇਅਰ ਕੀਤਾ, ਮੈਂ ਕਿਹਾ ਦੇਖੋ ਮੇਰੇ ਘਰ ਦੇ ਨੇ ਇਨਕੁਆਇਰੀ ਕਰਨ ਆਣਾ ਆ। ਰੋਕੇ ਤੋਂ ਬਾਅਦ ਆਏ? ਹਾਂ ਰੋਕੇ ਤੋਂ ਬਾਅਦ ਹੀ ਆਏ ਸੀ ਮੰਮਾ ਹੁਣੀ ਇਨਕੁਆਇਰੀ ਕਰਨ, ਓਹੋ ਮੇਰਾ ਘਰ ਬਣਾਇਆ ਬਹੁਤ ਪਿਆਰ ਕਰਦੇ। ਤੁਸੀਂ ਤੁਹਾਨੂੰ ਪਤਾ ਆਪਾਂ ਤਿੰਨ ਜਣੇ ਇਹ ਗੱਲਾਂ ਸੁਣਾ ਰਹੇ ਹਾਂ, ਨਿਆਣਾ ਲਵ ਸਟੋਰੀਆਂ ਸੁਣਾਉਣ ਡਿਆ ਹੁਣ। ਨਹੀਂ ਮੈਂ ਨਿਆਣੇ ਨੂੰ ਦੱਸੂਗੀ, ਬੇਟੇ ਅਸੀਂ ਕੋਈ ਗਲਤ ਕੰਮ ਨੀ ਕੀਤਾ, ਨਾ ਤੂੰ ਕਰਨਾ, ਤੇਰੀ ਖੁਸ਼ੀ ਲਈ ਤੇਰੀ ਮਾਂ ਖੜੀ ਹੋਏਗੀ। ਸ਼ੁਰੂ ਤੋਂ ਸਾਡੀ ਗੱਲ ਇੱਕ ਇਹ ਫਾਈਨਲ ਰਹੀ ਸੀ, ਰਿਸ਼ਤਾ ਹੋਵੇ ਨਾ ਹੋਵੇ, ਭੱਜ ਭਜਾਈ ਵਾਲਾ ਕੰਮ ਨਹੀਂ ਹੋਣਾ, ਨਾ ਮੇਰੇ ਵੱਲੋਂ ਨਾ ਇਹਦੇ ਵੱਲੋਂ, ਚਾਹੇ ਕੋਈ ਵੀ ਕੰਡੀਸ਼ਨ ਹੋ ਜਾਵੇ ਨਹੀਂ ਕਰਨਾ ਸੀ ਅਸੀਂ, ਉਹ ਅਸੀਂ ਪਹਿਲਾਂ ਹੀ ਕਹਿਤਾ। ਫਿਰ ਮੈਂ ਮੰਮਾ ਕਹਿੰਦੇ ਕਿ ਮਾਸੀ ਜੀ ਇਹ ਗੱਲ ਕਹਿੰਦੇ ਆ ਕਿ ਅਸੀਂ ਮੁੰਡੇ ਦੀ ਇਨਕੁਆਇਰੀ ਕਰਾਂਗੇ, ਸਾਨੂੰ ਇਨਕੁਆਇਰੀ ਚ, ਫਿਰ ਮੈਂ ਕਿਹਾ, ਮੈਂ ਕਿਹਾ ਮੰਮੀ ਜੀ ਇਨਕੁਆਇਰੀ ਚ ਕੋਈ ਗੱਲ ਆ ਗਈ ਨਾ ਤੁਸੀਂ ਕੀ ਛੱਡਣਾ, ਆਪ ਨਾ ਕਰੋ, ਤੁਸੀਂ ਕੀ ਛੱਡਣਾ, ਮੈਂ ਛੱਡੂਗੀ। ਐਂਡ ਦੀਪ ਦੀ ਇਨਕੁਆਇਰੀ ਬਹੁਤ ਅੱਛੀ ਗਈ, ਐਂਡ ਮੈਨੂੰ ਪਤਾ ਹੀ ਸੀ, ਪਤਾ ਹੀ ਕਿ ਪਿੰਡ ਦੇ ਵਿੱਚ ਰੋਹ ਜੜਦਾ ਪੂਰਾ। ਤੇ ਫਿਰ ਉਸ ਤੋਂ ਬਾਅਦ ਮੰਮਾ ਹੁਣਾਂ ਨੇ ਕਿਹਾ ਕਿ ਸਾਰੀ ਇਨਕੁਆਇਰੀ ਹੋ ਅੱਛੀ ਹੈ, ਤੇ ਹੁਣ ਅਸੀਂ ਥੋੜਾ ਰੋਕੇ ਦਾ ਦੇਖਦੇ ਆ। ਫਿਰ ਰੋਕਾ ਹੋਇਆ, ਫਿਰ ਗਾਂ ਰੋਕੇ ਤੋਂ ਬਾਅਦ ਤਾਂ ਬਸ ਥੋੜੇ ਦਿਨ ਪਏ, ਸਾਡੇ ਵਿਆਹ ਦੀ ਤਿਆਰੀ ਵੀ ਹੋਣੀ ਸ਼ੁਰੂ ਹੋ ਗਈ, ਪਤਾ ਨਹੀਂ ਲੱਗਾ ਕਦੋਂ ਸ਼ੋਪਿੰਗਾਂ ਹੋ ਰਹੀਆਂ, ਕਦੋਂ ਕਿੱਥੇ ਕੀ ਹੋ ਰਿਹਾ। ਫਿਰ ਸਾਡਾ ਜਨਵਰੀ ਚ ਵਿਆਹ,
25 ਜਨਵਰੀ ਜਿਹੜੀ ਆਉਣ ਵਾਲੀ ਹੈ, ਜਿਹੜੀ ਕਿ ਮੈਂ ਇਹਨਾਂ ਨੂੰ ਇੱਕ ਕੁਛ ਚੀਜ਼ ਕਹੀ ਹੋਈ ਹੈ ਮੰਨਦੇ ਨਹੀਂ ਹੈ ਫਿਰ ਇਹ ਫਿਰ ਮਤਲਬ ਸਾਡਾ ਰੋਕੇ ਤੋਂ ਬਾਅਦ ਫਿਰ ਹੀ ਬੈਂਗਲ ਸੈਰੇਮਨੀ ਹੋਈ ਉਹ ਬੜੀ ਅੱਛੀ ਬੈਂਗਲ ਸੈਰੇਮਨੀ ਦੇ ਨੇ ਪੂਰੀ ਖਾਪ ਪਾਈ ਸਨੇਹਾ ਨਾਲ ਉਹਨਾਂ ਨੇ ਸਭ ਨੇ ਬੜਾ ਇੰਜੋਏ ਕੀਤਾ ਫਿਰ ਉਸ ਤੋਂ ਬਾਅਦ ਇਹਨੇ ਰੌਣਕ ਮੇਲਾ ਲਾਇਆ ਉਸ ਤੋਂ ਬਾਅਦ ਤਰੀਕ ਤੈਅ ਹੋਈ ਸਾਡੀ 25 ਜਨਵਰੀ ਨਹੀਂ ਫਿਰ ਮੰਮਾ ਹੋਣੀ ਫਿਰ ਮੈਂ ਫਿਰ ਅਸੀਂ ਗਏ ਸੀ ਘਰੇ ਫਿਰ ਸਾਰੇ ਘਰੇ ਆਏ ਸੀ ਪਰ ਫਿਰ ਉਸ ਤੋਂ ਬਾਅਦ ਕੀ ਗੱਲ ਹੋਈ ਅਗਲੇ ਪਾਰਟ ਦੇ ਵਿੱਚ ਦੱਸਾਂਗੇ ਅੱਜ ਦੇ ਪਾਰਟ ਦੀ ਇੱਥੇ ਕਰਦੇ ਆ ਐਂਡਿੰਗ ਸੋ ਅੱਜ ਦਾ ਵਲੌਗ ਕਿੱਦਾਂ ਦਾ ਲੱਗਾ ਸਾਜਨ ਨੇ ਕਮੈਂਟ ਕਰਦੇ ਸਭ ਤੋਂ ਮੋਸਟ ਅਵੇਟਡ ਵਲੌਗ ਜਿਹੜਾ ਸੀ ਤੁਹਾਡਾ ਇਹ ਸੀਗਾ ਹਾਏ ਤੱਕ ਆਪਾਂ ਇੱਥੇ ਪਹੁੰਚੇ ਆ ਕੋ ਵਿਆਹ ਦਾ ਦੱਸਾਂਗੇ ਕਿੱਦਾਂ ਕੀ ਹੋਇਆ ਸੀ ਵਿਆਹ ਦੀ ਕਹਾਣੀ ਦੱਸਾਂਗੇ ਵਿਆਹ ਕਿੱਦਾਂ ਨੇਪਰੇ ਚੜਿਆ ਕਿੱਦਾਂ ਚੜਿਆ ਕੋਈ ਔਂਕੜਾ ਆਈਆਂ ਨਹੀਂ ਆਈਆਂ ਤੇ ਹੁਣ ਮੇਰੀ ਉਹ ਵਾਲੀ ਡੇਟ ਆ ਗਈ ਹੈ ਤੇ ਸੋ ਪਲੀਜ਼ ਸਾਰੇ ਕਮੈਂਟ ਕਰਕੇ ਇਹ ਜ਼ਰੂਰ ਕਹਿਣਾ ਕਿ ਖੁਸ਼ ਨੇ ਜੋ ਮੰਗਿਆ ਤੇ ਚੁੱਪ ਕਰਕੇ ਦੀਦੀ ਲੈ ਦਿਓ ਨਹੀਂ ਤਾਂ ਤੁਹਾਡੀ ਅਸੀਂ ਆਹ ਲਵ ਸਟੋਰੀ ਵਲੌਗ ਅੱਜ ਤਾਂ ਬਣਾਤਾ ਕਿਉਂਕਿ ਆਹ ਦਿਨ ਅਸੀਂ ਪਾਤੇ ਆ ਤੇ ਜਿਹੜਾ 25 ਜਨਵਰੀ ਆਉਣ ਵਾਲੀ ਉਦੋਂ ਤੱਕ ਅਸੀਂ ਵਿਆਹ ਵਾਲੀ ਸਟੋਰੀ ਕੰਪਲੀਟ ਕਰ ਦੇਣੀ ਆ ਲਾਈਕ ਅਸੀਂ ਹੁਣ ਜ਼ਿਆਦਾ ਟਾਈਮ ਨਹੀਂ ਪਾਉਣਾ ਤੁਹਾਡਾ ਪ੍ਰੋਮਿਸ ਆ ਤੁਹਾਡਾ ਪ੍ਰੋਮਿਸ ਆ ਗਿਫਟ ਵੀ ਮਿਲੇ ਹੈ ਕੀ ਉਹ ਕੁਝ ਮੈਨੂੰ ਸੁਣਨੋਂ ਹਟ ਗਿਆ ਸੁਣੋ ਨਾ ਤਾਂ ਮੈਂ ਤੁਹਾਨੂੰ 2 ਮਿੰਟ ਸੁਣਾ ਦੂੰਗੀ ਜਦੋਂ ਵਲੌਗ ਬੰਦ ਹੋਵੇ ਤੁਸੀਂ ਦੇ ਦੇਣਾ ਮੇਰੀ ਆਵਾਜ਼ ਤੋਂ ਤੁਸੀਂ ਕਹਿਣਾ ਮੈਨੂੰ ਸੁਣਨੋਂ ਹਟ ਗਿਆ ਸੁਣਨ ਨੂੰ ਸਭ ਕੁਝ ਸੁਣੇਗਾ ਮੈਨੂੰ ਸੁਣਨੋਂ ਹਟ ਗਿਆ ਸੁਣੇਗਾ ਬੇਟੇ ਸੁਣੇਗਾ ਗਿਫਟ ਕਹਿਤਾ ਨਾ ਉਹ ਨੀ ਸੁਣਨਾ ਲਿਫਟ ਮੈਂ ਸਭ ਦੱਸ ਦੂੰਗੀ ਕਿੱਥੇ ਜਾਣਾ ਤੁਸੀਂ ਲਿਫਟ ਚ ਠੀਕ ਹੈ ਬਾਕੀ ਆਉਣ ਵਾਲੇ ਕੁਛ ਸਰਪ੍ਰਾਈਜ਼ ਆ ਉਹ ਮਿਲਣੇ ਆ ਇਹਨਾਂ ਦੇ ਭਾਵੇਂ ਬਾਹਰ ਜਾਵੇ ਤੇ ਭਾਵੇਂ ਜੋ ਮਰਜ਼ੀ ਜਾਵੇ ਜੋ ਮਿਲਣਾ ਉਹ ਤਾਂ ਮਿਲਣਾ ਹੀ ਆ ਮੈਨੂੰ ਸੋ ਤੁਸੀਂ ਜ਼ਿਆਦਾ ਨੇ ਕਮੈਂਟ ਕਰਦੇ ਰਹਿਣਾ ਸਾਡੇ ਇਸ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦੇਣਾ ਹਾਂ ਦੀਦੀ ਵਲੌਗ ਬਣ ਰਿਹਾ ਮੈਂ ਵੀ ਬਲੌਗ ਹੀ ਬਣਾ ਰਿਹਾ ਕੋਈ ਚੱਲ ਨਹੀਂ ਮੰਨ ਰਿਹਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੰਸਟਾਗ੍ਰam ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੋ ਖੁਸ਼ ਰਹੋ ਆਬਾਦ ਰਹੋ ਜਹਾਂ ਵੀ ਰਹੋ ਆਪਣੇ ਸੱਜਣ ਸਿਓਕੇ ਪਾਸ ਰਹੋ ਆਪਣੇ ਸੱਜਣ ਸਿਓਕੇ ਪਾਸ ਰਹੋ ਨੈਕਸਟ ਬਲੌਗ ਦੱਸਦੇ ਹਾਂ ਤੁਹਾਨੂੰ ਕਿੱਦਾਂ ਕੀ ਹੋਇਆ ਸੀ